ਪੂਰਾ ਤੇ ਤੂੰ ਇੱਥੇ ਤੂੜ ਕਿਦੇ ਆ ਗਈ ਕੰਮ ਆਈ ਤੇਰੇ ਨਾਲ ਮੈਨੂੰ ਬਹੁਤ ਜ਼ਰੂਰੀ ਇੱਥੇ ਵਾ ਕੀ ਕੰਮ ਆ ਤੇ ਪਤਾ ਹੈ ਮੈਂ ਇੱਥੇ ਮਾਲ ਚ ਵਦਾ ਕੋਈ ਆ ਸਕਦਾ ਉਤੋਂ ਉਸ ਤੋਂ ਡਰਾਂ ਕਿਸ ਦੇ ਆਵਣ ਤੋਂ ਜਾਂ ਇਸ ਤੋਂ ਡਰਾਂ ਕਿ ਜੋ ਦੱਸ ਹੀ ਨਹੀਂ ਸਕਦੀ ਪਈ ਮੈਂ ਅਲੀ ਖਾਨ ਕੋ ਜਾ ਕੇ ਨਹੀਂ ਅਲੀ ਖਾਨ ਕੁਝ ਨਹੀਂ ਆਖਿਆ ਮੋੜ ਹੁਣ ਦੱਸੇ ਸੇਵੀ ਜੇ ਤੂੰ ਮੈਨੂੰ ਇਹ ਦੱਸ ਤੂੰ ਕਦੋਂ ਕਰਦਾ ਪਿਆ ਮੇਰੇ ਨਾਲ ਸ਼ਾਦੀ ਸ਼ਾਦੀ ਕਰ ਲੈਣਾ ਮਾਂ ਪਿਓ ਨਾਲ ਹਲੀ ਹੁਣ ਗੱਲ ਕਰਨੀ ਹੈ ਕਿਹੜੀ ਗੱਲ ਮੋੜ ਮੁੱਕ ਤੂੰ ਜੇ ਤੇ ਕੋਈ ਨਹੀਂ ਮਾਂ ਪਿਓ ਨਾਲ ਗੱਲ ਕੀਤੀ ਨਹੀਂ ਤੇਰਾ ਦਿਲ ਹੀ ਕੋਈ ਨਹੀਂ ਮੇਰੇ ਨਾਲ ਸ਼ਾਦੀ ਕਰਨ ਕਾ ਅਲੀਆ ਦਿਲ ਹੈ ਘਰ ਦੀ ਸਭ ਮਜਬੂਰੀ ਹੁੰਦੀ ਹੈ ਐਂ ਕੋਈ ਨਹੀਂ ਬਈ ਜਿਸਲੇ ਪਿਆਰ ਕਰਿੰਦੇ ਉਸਲੇ ਪਤਾ ਕੋਈ ਨਹੀਂ ਲੱਗਦਾ ਕਿ ਕੋਈ ਮਜਬੂਰੀ ਹੈ ਅੱਜ ਕੀ ਹੈ ਕੀ ਉਖੜੀ ਉਖੜੀ ਗੱਲਾਂ ਕਰਦੀ ਪਈ ਕਿਹੜੀਆਂ ਉਖੜੀਆਂ ਗੱਲਾਂ ਕਰਦੀ ਪਈ ਤੈਨੂੰ ਪਤਾ ਹੈ ਸਹੀ ਕਿ ਮੈਨੂੰ ਕੀ ਹੋ ਗਿਆ ਵਾਹ ਮੋੜ ਆਖਣਾ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਮੈਂ ਅੱਖੀ ਬੰਦ ਕੀਤੀ ਮੈਂ ਤੂੰ ਅੱਜ ਇਸ ਤਰ੍ਹਾਂ ਖੋਲ ਦੇ ਆਈਓ ਮੈਨੂੰ ਬੱਚਾ ਹੋ ਗਿਆ ਪਰ ਅਗਰ ਮੇਰੇ ਪਿਓ ਤੇ ਭਰਾ ਨੂੰ ਪਤਾ ਲੱਗ ਗਿਆ ਤੇ ਮੈਨੂੰ ਤਾਂ ਉਹਨਾਂ ਮਾਰ ਗੱਤਨਾ ਉਹਨਾਂ ਮੇਰੇ ਟੋਟੇ ਟੋਟੇ ਕਰ ਛੋੜਨੇ ਨੂੰ ਹਾਲੀ ਹੈ ਕੀ ਆਦੀ ਪਈ ਸਹੀ ਆਦੀ ਪਈ ਆ ਪਰ ਗੱਲ ਇੱਕ ਮੇਰੀ ਯਾਦ ਰੱਖ ਲੈ ਵੀ ਮੈਂ ਤੇਰੀ ਹਿੱਕ ਵੀ ਨਹੀਂ ਸੁਣਨੀ ਕਿ ਬੱਚੇ ਨੂੰ ਜ਼ਾਇਆ ਕਰ ਚਾ ਤੈਨੂੰ ਵਨਿਆ ਚਾ ਮੈਂ ਕੋਈ ਨਹੀਂ ਵਨਿਆ ਮਣਾ ਮੇਰੇ ਪਿਆਰ ਦੀ ਨਿਸ਼ਾਨੀ ਹੈ ਇਤਾਂ ਹੀ ਤੇ ਨਾ ਉਲਟੀਆਂ ਆਉਂਦੇ ਰਹਿੰਦੇ ਤੇ ਤਬੀਅਤ ਇੰਜ ਰਹੀ ਹੈ ਤੇ ਹੋਰ ਕੀ ਹੈ ਇਹ ਤੇ ਇੱਕ ਮੇਰੀ ਸਹੇਲੀ ਆਈ ਉਸ ਨਾਲ ਮੈਂ ਗੱਲ ਕੀਤੀ ਉਸ ਆਖਿਆ ਸਬਰ ਕਰ ਚੈੱਕ ਕਰੇ ਨਹੀਂ ਉਸ ਸਟਿੱਕ ਜਿਹੀ ਲੈਣ ਦੀ ਉਸ ਚੈੱਕ ਕੀਤਾ ਤੇ ਮੈਨੂੰ ਬੱਚਾ ਹੈ ਮੇਰੀ ਗੱਲ ਸੁਣ ਮੈਂ ਪਿਓ ਬਿਰਾ ਦੀ ਤਾਂ ਇੱਜ਼ਤ ਵਨਿਆ ਬੈਠੀ ਹਾਂ ਪਰ ਮੇਰੀ ਇੱਜ਼ਤ ਹੁਣ ਤੂੰ ਬਚਾ ਲਾ ਮੇਰੀ ਇੱਜ਼ਤ ਤੇਰੇ ਹੱਥ ਵਿੱਚ ਮੈਂ ਤਾਂ ਕਿਸੇ ਨੂੰ ਮੂੰਹ ਵਿਖਾਵਣ ਦੇ ਕਾਬਿਲ ਨਾਰਾਜ਼ ਸਾਂ ਜੇ ਮੇਰੇ ਨਾਲ ਤੂੰ ਨਿਕਾਹ ਨਾ ਕੀਤਾ ਤਾਂ ਹਜੇ ਪਹਿਲਾ ਦੂਆ ਮਹੀਨਾ ਮੈਨੂੰ ਕੋਈ ਸਮਝ ਨਹੀਂ ਪੈਂਦੀ ਮੈਂ ਕੀ ਕਰਾਂ ਮੇਰੇ ਤੂੰ ਮਰਦ ਹੋ ਕੇ ਪਿਆ ਨਾ ਕਿ ਮੈਨੂੰ ਕੋਈ ਸਮਝ ਨਹੀਂ ਆਉਂਦੀ ਪਈ ਮੇਰਾ ਸਾਥ ਦੇਵਣ ਦੀ ਵਜ੍ਹਾ ਤੂੰ ਉਲਟਾ ਪਰੇਸ਼ਾਨ ਹੋਇਆ ਬੈਠਾ ਤੇ ਸੋਚ ਮੇਰੇ ਤੱਕ ਇਹ ਬੀਤਦੀ ਪਈ ਹੈ ਮੈਂ ਇੱਥੇ ਮਾਂ ਹੀ ਸਿਰ 'ਤੇ ਕਾਈ ਨਹੀਂ ਐਡੇ ਲਾਡਾ ਅਤੇ ਐਡੇ ਨਾਜ਼ਾਂ ਨਾਲ ਮੇਰੇ ਵਿਰਾ ਅਤੇ ਮੇਰੇ ਪਿਓ ਮੈਨੂੰ ਪਾਲਿਆ ਮੈਂ ਉਹਨਾਂ ਦੇ ਪੱਲੇ ਕੀ ਛੱਡਿਆ ਮੇਰਾ ਵਿਰਾ ਟੁਰਨ ਦਾ ਜੋਗਾ ਟੁਰਨ ਜੋਗਾ ਨਹੀਂ ਰਿਹਾ ਮੁਲਕ ਨੂੰ ਕੀ ਮੂੰਹ ਵਿਖਿਆ ਸੀਗਾ ਤੇਰੀ ਕੁਆਰੀ ਭੈਣ ਨੂੰ ਬੱਚਾ ਹੋ ਗਿਆ ਤੂੰ ਤਾਂ ਮੇਰੇ ਨਾਲ ਬੜੇ ਬੜੇ ਵੱਡੇ ਵਾਅਦੇ ਕੀਤੇ ਆ ਨੂੰ ਅੱਛਾ ਠੀਕ ਹੈ ਮੈਂ ਘਰ ਜਾਂਦਾ ਮੈਂ ਘਰ ਗੱਲ ਕਰਸਾਂਗੇ ਸ਼ਾਦੀ ਦਿੱਤੀ ਗੱਲ ਕਿਸੇ ਨਾਲ ਹੀ ਕਰੀ ਵੀ ਇਹ ਗੱਲ ਕਿਸੇ ਨਾ ਕਰੀ ਤੈਨੂੰ ਲੱਗਦਾ ਕਿ ਮੈਂ ਗਲੇ ਦੇ ਵਿੱਚ ਢੋਲ ਗੱਤ ਕੇ ਤੇ ਇਹ ਲੋਕਾਂ ਦਾ ਸੇਸ ਯਾਰ ਕਿਤੇ ਸਹੇਲੀ ਨਾ ਦੱਸੀ ਮੇਰੇ ਅੱਖਾਂ ਦਾ ਇਹ ਮਤਲਬ ਹੈ ਮੈਂ ਇਹਦਾ ਕੋਈ ਆਸ ਨਹੀਂ ਸਹੇਲੀ ਮੇਰੀ ਨੂੰ ਸਾਰਾ ਪਤਾ ਤੇ ਉਸ ਮੈਨੂੰ ਇਹ ਆਈ ਕਿ ਸਮਝਾਇਆ ਉਸ ਆਖਿਆ ਉਸ ਨਾਲ ਗੱਲ ਕਰ ਉਸਨੂੰ ਮਿਲ ਕੇ ਨਾ ਉਸਨੂੰ ਅੱਜ ਜਿੰਨਾ ਜਲਦੀ ਹੁੰਦਾ ਨਿਕਾਹ ਕਰ ਲਾ ਆਖਿਰ ਤੁਸੀਂ ਦੋਵਾਂ ਦੀ ਗਲਤੀ ਇਸ ਗਲਤੀ ਦੀ ਬੱਚੇ ਨੂੰ ਕਿਉਂ ਸਜ਼ਾ ਮਿਲੇ ਪਰ ਬੜੀ ਚਬਲ ਹੋ ਗਈ ਵੇਖ ਮੇਰੀ ਗੱਲ ਸੁਣ ਅਗਰ ਮੇਰਾ ਤੇਰੇ ਨਾਲ ਨਿਕਾਹ ਨਾ ਹੋਇਆ ਤੇ ਮੇਰਾ ਬੱਚਾ ਦੁਨੀਆ ਤੇ ਹਰਾਮ ਦਾ ਸਰਿੰਦਾ ਰਹਾ ਸੀ ਕਿਉਂਕਿ ਜ਼ਾਇਆ ਤਾਂ ਮੈਂ ਵੀ ਕੋਈ ਨਹੀਂ ਕਰਨਾ ਔਰ ਬੇਇੱਜ਼ਤੀ ਬਦਨਾਮੀ ਦੋਵਾਂ ਘਰਾਂ ਦੀ ਤੇ ਸਜ਼ਾ ਵਿੱਚ ਨੇ ਸਾਨੂੰ ਬੱਚਾ ਭੁਗੇਂਦਾ ਬੱਚੇ ਅੱਛਾ ਠੀਕ ਹੈ ਮੈਂ ਅੱਜ ਸੰਗਿਆ ਮੈਂ ਜੋ ਜਿਵੇਂ ਵੀ ਹੋਇਆ ਮੈਂ ਆਪਣੇ ਘਰ ਦੇ ਮਨਾ ਲਈ ਸੰਗਿਆ ਨਾ ਮੰਨੇ ਤੇ ਆਖੇ ਨਸਣਾ ਤੇ ਨਸ ਪਮਸਾਂ ਬਸ ਨਸ ਕੇ ਨਹੀਂ ਪਰ ਇਸ ਬਾਲ ਨੂੰ ਕੋਈ ਨਾ ਵੰਡੇ ਪਹਿਲੇ ਤਾਂ ਮੈਂ ਇੱਜ਼ਤ ਦੀਆਂ ਤਜੀਆਂ ਉਡਾ ਚੁੱਕੀ ਹਾਂ ਲੇਕਿਨ ਮੈਂ ਚਾਹਨੀ ਕਿ ਫਰਜ਼ ਅਦਾ ਮੇਰੇ ਘਰੋਂ ਕਰਕੇ ਲੈ ਜਾ ਤੂੰ ਜਿਵੇਂ ਵੀ ਹੋ ਸਕਦਾ ਜਿਵੇਂ ਘਰਦਿਆਂ ਨੂੰ ਮਨਾਉਣਾ ਪਾਉਂਦੇ ਮੇਰੇ ਘਰੋਂ ਆ ਕੇ ਤੇ ਮੇਰਾ ਰਿਸ਼ਤਾ ਮੰਗ ਅੱਛਾ ਮੈਂ ਅੱਜ ਮਾਂ ਪਿਓ ਲੈ ਕੇ ਤੇਰੇ ਘਰ ਆਮ ਸਾਂ ਪੱਕੀ ਗੱਲ ਹੈ ਆਸੇ ਨਾ ਹਾਂ ਪੱਕੀ ਗੱਲ ਇਸ ਤੋਂ ਪਹਿਲੇ ਕਿ ਹੁਣ ਕੋਈ ਆਵੇ ਕਿ ਮੈਂ ਹੁਣ ਚੱਲਦਾ ਤੂੰ ਵੀ ਜਾ ਇਸ ਤੋਂ ਪਹਿਲੇ ਤੂੰ ਗੱਲ ਕਰ ਸੇ ਨਾ ਕਿਤੇ ਆਈ ਉਹ ਮੈਂ ਇੱਥੇ ਆਏ ਬਾਖਣਾ ਬਾਹਰ ਆਓ ਮੈਂ ਤੂੰ ਚੁੱਪ ਕਰ ਅਬੂ ਗੋਆ ਮੰਗਿਆ ਤੇ ਉਹ ਚਾਵਣ ਆਈਆ ਓਏ ਅਬੂ ਦੀ ਕੋ ਹੋਰ ਇੱਜ਼ਤ ਰਾਂਦੀ ਏ ਉਹ ਕਰ ਲਾ ਅਬੂ ਇਹ ਜੀ ਕੋਈ ਗੱਲ ਨਹੀਂ ਮੈਂ ਗੋਆ ਮੰਗਿਆ ਓ ਨਹੀਂ ਨਹੀਂ ਅਬੂ ਦੀ ਆਈ ਪਗੜੀ ਸੱਟ ਪੈਰਾਂ ਦੇ ਵਿੱਚ ਰੋਲ ਅਬੂ ਇਹ ਜੀ ਕੋਈ ਗੱਲ ਨਹੀਂ ਓਏ ਚਗਲ ਦਰਲੇ ਆ ਕੇ ਬਾਹਰ ਆਈਆ ਓਏ ਹੋਰ ਮੇਰੀ ਤੋਂ ਇੱਜ਼ਤ ਕੀ ਰੱਖਣੀ ਹੈ ਤੁਸੀਂ ਗਲਤ ਸਮਝ ਰਹੇ ਹੋ ਓ ਤੂੰ ਤੂੰ ਮੈਂ ਮਾਮਾ ਲੱਗਣਾ ਸਮਝਾਵਣ ਵਾਲਾ ਤੂੰ ਕੌਣ ਹੋਣਾ ਸਮਝਾਵਣ ਅਬੂ ਜੀ ਮੇਰੀ ਤਾਂ ਗੱਲ ਸੁਣੋ ਚੁੱਪ 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 ਕਰ ਬੋਲਿਓ ਮੈਂ ਤੇਰਾ ਗਾਟਾ ਵਾਰ ਚਲੋ ਗੁਲਾਬ ਦੇ ਅੱਬੂ ਇਹ ਜੀ ਕੋਈ ਗੱਲ ਨਹੀਂ ਮੈਂ ਗੋਆ ਮੰਗਿਆ ਤੇ ਉਹ ਮੁੜ ਅੱਬੂ ਕੋਈ ਗੱਲ ਨਹੀਂ ਗੱਲ ਤਾਂ ਸੁਣ ਆਰਾਮ ਕਰ ਚੱਲ ਬਾ ਮੇਰੀ ਗੱਲ ਤਾਂ ਕੱਦਸ ਜੀ ਭਾਈ ਆਲੀਆ ਕਿਤੇ ਗਈ ਹੈ ਤੇ ਆਲੀਆ ਆਪੇ ਤਾਂ ਨਹੀਂ ਪਤਾ ਪਤਾ ਨਹੀਂ ਕਿਤੇ ਗਈ ਤੇ ਅੱਬੂ ਕਿਤੇ ਗਿਆ ਅੱਬੂ ਜਾਣਦਾ ਵੀ ਨਹੀਂ ਪਤਾ ਉਹ ਆਲੀਆ ਦੇ ਪਿੱਛੇ ਗਏ ਆ ਆਲੀਆ ਦੇ ਪਤਾ ਕਰਾਂ ਅੱਛਾ ਚਲੋ ਆ ਜਾਂਦੇ ਅੱਬੂ ਛੋੜ ਨਾ ਅੱਬੂ ਆ ਜਾਣਾ
अबू की होगी अबू ਵੱਡਾ ਹੋ ਗਿਆ ਕੋਈ ਇਹਦੀ ਹਾਲਾਤ ਦਾ ਪਤਾ ਹੈ ਓਏ ਕੀ ਕੀਤੀ ਵਧੀ ਏ ਉਹ ਕੀ ਵੇਖ ਲਈ ਮੈਂ ਤਾਂ ਕੋਈ ਨੰਬਰਾਂ ਦੇ ਮੁੰਡੇ ਨਾਲ ਬੈਠੀ ਆਈ ਉਹ ਚੋਰ ਨਹੀਂ ਵਾਲਾ ਉਹਦੇ ਕੋਲ ਬੈਠੀ ਆਈ ਭਾਈ ਨਹੀਂ ਮੈਂ ਗੋਰ ਚਾਵਣ ਗਈ ਆ ਮੈਂ ਕੋਈ ਗੱਲ ਹੀ ਨਹੀਂ ਉਹਦੇ ਨਾਲ ਗਲਤ ਗੱਲ ਕੀਤੀ ਤੇ ਕਿੱਦਾਂ ਸਾਡੇ ਬੱਲੇ ਕੀ ਛੱਡਿਆ ਉਹ ਨਹੀਂ ਭਾਈ ਹਾਂ ਕੀ ਛੱਡੇ ਸਾਡੇ ਬੱਲੇ ਤੂੰ ਤੂੰ ਜਾਈ ਜਾ ਨਾ ਫਿਰ ਨਹੀਂ ਐ ਜਾ ਨਾ ਬੱਚਾ मेरी गल सुनी कर भाई एक मिनट मेरी गाल सुन लो तो साले पल्ला ही कोई नहीं छड़ा तो प्यारी मैंने गलती की माफी दे छड़ो मैं तो मार टूरन को कोई ना गया मैं तो मर गया तो भाई मैं तो मार के हुई तो रिश्ता मंगेड़ा उसी मेरे तो मेरे पर ना के लाए जासी मेरे तो आड़े सेर झुकावर तो मेरे को नहीं रहता कोई ना बस अच्छा तो अपनी जिंदगी में फैसले आप मुकामे ला गई है ओए मर गया भाई मैं जो गुनाह किया दिया इस सजा के मैं जिंदगी उससे नाल गुजारा पूरे मोहल्ले वेख लिया जल धी दी भाव फट के लाया जा वक जा अपनी बैंक को मैं तो पे तो नहीं रहा मैं तो गत्ता वाल छड़ना ओ खुदा दा नाम मानो खुदा दा नाम मान अज मैं जिता मैं तू बगैर तेरी जिंदगी नहीं जीनी दी अच्छा मैं कर लेना मैं हुने भिरा खुल जाना मैं सारा कर लेना आ चाचे नु फोन मिला दे मैं ओ चाचे तेरे फोन मिला और मैं मिला दे दस सुनान भी दस ओ भोख ना तू ही हुन बन गया मैं समझावण वाला फोन कर फोन मिला जल्दी कर चुप कर ना भाई एक बार दिमाग मेरा बड़ा खराब है मोबाइल ही थाई किदा पियो है मुकद्दस मोबाइल ला रहा मेरा आए आए मेरे को ले आई ला करो कार जा चलो फोन मैं करे ना बदरिया नाले तो नहीं कहा छोड़ो कर फोन ਬਿਰਾਨ ਫੋਨ ਭਾਈ ਮੇਰੀ ਗੱਲ ਸੁਣ ਲੈ ਖੁਦਾ ਦਾ ਨਾਮ ਹੀ ਮੰਨ ਜਾ ਮੇਰੇ ਨਾਲ ਉਸ ਕੋਈ ਨਹੀਂ ਆਲੀ ਬਸ ਕਰ ਜਿਹੜਾ ਕੋਈ ਤੋ ਕਰਨਾ ਹੀ ਕਰ ਛੱਡਿਆ ਠੀਕ ਹੈ ਨਾ ਜਾ ਭਾਈ ਉਹਨਾਂ ਨੂੰ ਪਤਾ ਲੱਗਾ ਕਿ ਮੇਰੇ ਨਾਲ ਕੀ ਹੋਇਆ ਕਹਿ ਨਿਕਾ ਕਰਨਾ ਹਲੋ ਅਸਲਾਮ ਅਲੈਕਮ ਚਾਚੂ ਵਾਲੇਕਮ ਅਸਲਾਮ ਅਲੀ ਖਾਨ ਕੀ ਗੱਲ ਹੈ ਖੈਰਤ ਹੈ ਜੀ ਆ ਅਬੂ ਨਾਲ ਗੱਲ ਕਰਿਆ ਭਾਈ ਆ ਕੀ ਹਾਲ ਹੈ ਠੀਕ ਠਾਕ ਰਿਹਾ ਤੂੰ ਸੁਣਾ ਲੰਗੀ ਭਾਈ ਠੀਕ ਠਾਕ ਘਰੇ ਹੋ ਹਾਂ ਘਰੇ ਆ ਇੱਕ ਮਿੰਟ ਤੇਰੇ ਨਾਲ ਕੰਮ ਆਈ ਬਾਹੂ ਖੈਰ ਦਾ ਔਰ ਇੱਕ ਮਿੰਟ ਘਰ ਆਵੇਂ ਨਾ ਅੱਛਾ ਮੈਂ ਆ ਪੁੱਤਰ ਮੇਰੇ ਨੂੰ ਹੀ ਲਈ ਆਵੀਂ ਚਲੋ ਠੀਕ ਹੈ ਮੈਂ ਆਉਂਦਾ ਆ ਔਰ ਹੁਣੇ ਆਵੀਂ ਮੇਰਾ ਵਿਰਾ ਹੁਣੇ ਆਵੀਂ ਮਿਹਰਬਾਨੀ ਉਹ ਨਾ ਜਲਦੀ ਔਰ ਆਵੇ ਤੇ ਖੈਰ ਤਾਂ ਹੈ ਔਰ ਆ ਉੱਤੇ ਸਹੀ ਮੋਟਰ ਤੋਂ ਦਸੇ ਨਾ ਔਰ ਨਾ ਬਰਜਾਈ ਨੂੰ ਵੀ ਲਈ ਆਵੀਂ ਤੇਰੀ ਨੂੰ
ਮੇਰੇ ਭਰਜਾਈ ਨੂੰ ਲਈ ਆ ਬਾਲਾਂ ਨੂੰ ਲਈ ਆਉਂਦਾ ਫੇਰ ਹੋਵੇ ਇਨਸ਼ਾਅੱਲਾ ਮੈਂ ਹਲਾ ਠੀਕ ਮੈਂ ਆਉਂਦਾ ਪਿਆ ਔਰ ਆ सोना पेनी तेन पवाया तेन चंगा पवाया तेन चंगा खवाया तेन मां मार के बिकाया फोन किया चलान हो जावे ना फिर फलाने मस्जिद फलाने 50 रुपया दिता है ते तू आना है फलाना फौत हो दिया तुसी हुण धंधा तरो मैं फैते तू होई आवां आओ जेड़ा थलवाड़ा लद्दा पिया तणता थ्रेशर वाले नूं फोन शून तो ही दिता है सुभान अल्लाह तुसी वेंदे पए हो ते मैं तो पीछे बन दियो मैं ना डोरल पट्ठे गात कदे आ जावी पिछू मोड़े ही चरे ने हां चलो तुहां दी दाल ते मैं टाट लेना भाजिया पहले मेरे नाल चा दात्री ते थिदड़ी पहले धा उछीने हैं ओ डोरा नु दाते ते तू भी अम्मा थोड़ा थोड़ा तो दो अशवा धारे च मार ला हैं और मेरा पुत्र मैं घर तू वेली नहीं होंदी मैं किवें गोवा मारा कल परसों तक मरे सा को टाइम काट के अम्मा दाल सच्ची तरह हाँ। तू धार तू वेली होनी या ते देसी शेते अपना तरीमा तनु वेली होंदी पे हाय मेरा पुत्र हुन तेरा की दे ले के मैं और सुन ला ए आ बचड़ा तेरा जेड़ा तेरे पीछे लगो है बकरीमा ते लगी खोती खैर ओ जाने दिल तो बुढ़ा नहीं होया अब्बा मैं तई दसेना सच्चियां थी ते जुदे नहीं वसदे हैं सच्चियां तेरी में तो मर्चा लग जांदियां अच्छा गल जिया तेरी मां है कोई बंदे दे बच्चे वाला ओ है मां ते ते जे असल में थेत नहीं चलदा ना उसलियां दे ना तलून वेख लो पटफूड़ियां च बद्दे पए होए ते मां आंदी है जे वदी ने पेंशन तरेंदी ते पैंटा शल्टा पेंदी ओ इनु तो लुंडी चोला लाए ते दे मां बहु कोई पागल है तू हौसला कीता कर बड़ा तेरी मां है किस वास्ते चंदा तो डेढ़ लाख रुपया मंदी थले में दावा बेचते हो दिन ना तेरे तो जा बेड़ा तार जा भी किसे ले प्यादा गेरे याद ते किसे ले प्यादा जी कोई ते किसे ले कोई मैं तेरे समाई का ही पोत्र का ही तेरे रही ते ड्रामे गी रहे पिया जी मैं पियो सारी दिन की ड्रामे की तेरे पोत्री हुआ केड़े मतलब ड्रामे की तेरे केड़े दिन तू ही हेड डाल से कभी खलोता है ये दो कुना परनाव के अंदा केड़ी दीवार ते नंबर ड्रामे केड़ी दीवार की हुन उठी खलो ते चलिए पता के होया तो नानू ना फोन किया अब्बा मेरा दिल है तेरी धुनी चीता ला छड़ा हो सकता शूदार दा उथे मसला बन में जावे तो ओए मेरा अल्लाह अल्लाह हुन अगो हैं हुन दे जवाब अल्लाह खुदा दे बंदे ये साडा राह लई सी चलो हां उठी हो तू रो चल असि आप पे ढोल खोते रे मैं तू पहले आ नांदी गाल सुना हाल बाजे ओए अल्लाह
मेरे को दो मिनट भी बर्दाश्त नहीं होती घर या मैं अपना सिर मार छना या मैं राह लै छना हौसला कर हौसला कर हौसला कर इस तुते हौसला और मैं की करा दस मैं चुप चाप कर चोरी छोरी यार खुदा दा नाम मन मेरा जेड़ा चांद चढ़ना ही चढ़ गया पता लग जासी तुहानू चुप चाप करो खैर तई भाईया बैठा नहीं हां जी गल अपने ही चीजा कुंजन दे पराए कोई नु कुंजन दे ए अखान सुनी हो जाई ना कपड़ा गंदा होवे ना उन पार नहीं छुड़ींदा उन धोईंदा अब्बा सीधी गल करो चुप चाप कर मैं आज ही निकाह करना है अपनी धी दा तल्लू ए वाह भाई वाह त्यों मैं तो रंडोण मुतोड़ा या मैं लूला लंडड़ा मेरा पुत्र खुदा दा नहीं है मैं भाई धूमधाम नाल कर रही है या हौसला कर खैर तई मैं गल तो पूछा दे तू धूमधाम ने सबर कर खैर तई छोट पमना एक बार मेरे हाल तो वेखो बैठा नहीं मैं करेंदा मेरा बिरा मैं कदोकना तेन वादा ते हम अगे हुण ताई तो मैं कोई नहीं दसी गल कि ना मैं तो सद्या है ना तो पूछया है आज तू खैर तई है की गल है मेरा बिरा मेरी मिना तई तो मैं तेरे पैरों हाथ लेना खुदा दा नाल मैं ते तो वड्डा गल तो दसना होया की है और क्यों जगदा पिया दास छोड़ जड़ा चांद चढ़ना ही चढ़ता गया है ओ नमरा दा छोर नहीं हां ओ वाला वाला हां ओ दे नाल मैं पत लई हैं ओ दे नाल फट लई ते जिंदी मच्छी असली छावी है मैं तन्नू कुछ ले गल समझाई आ बिन परनाक दे चा तू चुप करे ना उस टाइम तो मेरा बिरा सा रिश्ता मंगेड़ा है कि तू ना ही दीता ते आज तू की मैं राजी हो गई है पर जाए खुदा दा ना ही ए गल्ला इत्ते नहीं करा दिया मिना पता की है चाचा अगर जेड़ा ना इज्जत रो जेड़ा अपने अपने ही सारा दिन दिन ते चाचा साडे हाथ जुड़े हुए देख ला ते ओ भी तेरी धी है ओ भी तेरी धी है कोई नहीं ए चाचा की वेखे चाची खलोती जावे मुंह काला कर लिए सोले मेरे पुत्र ते गल पे ओ भाई गल सुनो चाचा अद्धे भी तो मैं तेनू दिसदा पियां असा भी हाथ बधे आन ते इत्थे तरले लए आन उस वेले हथे आए नहीं तू तोतला है तू तोतला है हुण तोतला भाई नहीं ठरेंदा असा रिश्ता कोई नहीं करना ठीक है ना अपनी आप चलो बिरा मिन्नत वाली गल है आ साडे बड़े हाथ देख लो मेरे पैर हुण मैं इसको मिन्नत वाली गल है चल पीछा हो हुण मुंह काला देख लो आ पियो ते बिरा दी इज्जत रख छड़िए तो आ चलो थाने चल पै गए सानू ओए हौसला कर खैर तई भाईया मैं तेरा बिरा वाला बिरा साडे भाई को काम पाला मैं एक ए वाले नहीं पड़ेगा चाची मैं निकल चाचा अब मैं तेरे को लेता को मैं वाले को जरा मुंह काला कीता ना पुत्र मैं तेरा पियो हां मैं वड्डा नहीं मैं तेरे पियो नाल दा वड्डा है मेरी बिना ते चाचू अपने छण के नहीं मेरी बिना ते मेरा ताली गाल मेरी इज्जत रख ला खुदा दा नाम मेरी इज्जत रख ला उठी वाला तल्लू इतने पैर शहर ना पा ठीक है ना मेरा पुत्र असा ओ काल मुंह नहीं ना गल च पावनी चाचा मेरी दाल सुन जींदी मच्छी भला तो ही बंदा थांदा बड़ी औथी एडे सब बेखैरत हो गए उस टाइम रिश्ता मंगल आया ते भाल के इनकार कीता या आज मुंह काला हो गया सुते साडे गल पिया पेना है वाह वाह तेरा इंसान भैया अपने मां प्यो जरु देख लो मैं तेरा बिरा मैं निकाह करे से तेरे नाल हां ते प्यो तेरा परना के देवे साडे के गल पिया पेंदा साडे अम्मा चुप कर ऐ चीज आते ऐ तू सुन ला बे शर्मी दिया दल्ला अजे पेंदी हो मेरे नाल निकाह कर रेंदा आदी थोड़ी जाता नहीं हुंदा ना या चाची मेरी नहीं हारा ते साडे मेरे पल्ले का छोड़ी खलो ता पेना तू ला लो पिया दी मैं वो मेरे नाल निकाह कर रेंदा चल मेरी गल सुन ला अच्छा मेरा ते यार खुदा दा ना गहरा तो गया और गल का ही नहीं है ना तेरे जोक के मेरा पै गया मां दे बच्चे दी मां बड़ा नाल हाले बैठ चुप करा ला ਉਹ ਉੱਠੀ ਹੋ ਬਾਦ ਇਹ ਫੈਨ ਹੁੰਦੀ ਮੇਰੀ ਹੁਣ ਤਾਂ ਉਹਦੇ ਮੈਂ ਟੋਚੇ ਦਰ ਛੱਡਣੇ ਤੇ ਦਰਿਆ ਹੀ ਛੱਡ ਛੱਡਣੀਆਂ ਅੱਛਾ ਮੇਰਾ ਪੁੱਤਰ ਚੱਲੋ ਸਾਰੇ ਰਿਸ਼ਤਾ ਕੋਈ ਨਹੀਂ ਕਰਨਾ ਸਾਨੂੰ ਇਹ ਮਨਜ਼ੂਰ ਹੀ ਕੋਈ ਨਹੀਂ ਬੱਚੇ ਦੀ ਮਾਂ ਬਣਾ ਇਹ ਗੱਲ ਤੋਂ ਮੈਨੂੰ ਦੱਸੀ ਏ ਮੈਂ ਤਾਂ ਪਤਾ ਨਹੀਂ ਨਾ ਡੱਕ ਲਈ ਆਂ ਪਰ ਹੁਣ ਜਿਹੜਾ ਜ਼ੁਲਮ ਗੱਤੇ ਹੀ ਮੈਂ ਮੈਂ ਤਾਂ ਕਰਮ ਕਰਦੇ ਆ ਕਿਹਦਾ ਕਰਮ ਕਰਾਂ ਨਹੀਂ ਕਿਹਦਾ ਕਰਮ ਅੱਗੇ ਜਿਹੜਾ ਬਦਵਾ ਦੇ ਮੇਰੀ ਸੁਣੀ ਤੋ ਮੈਂ ਕਹਿੰਦਾ ਮੁਆਜਾ ਕਰਦਾ ਮੇਰੇ ਸਿਰੇ ਖਾਸ ਗੱਤ ਹੋ ਨਾ
तू बिरा है। चलो दम। तो मैंने वहाँ क्या तेरा पोतर तोतला है? अब तू सच चलो घर, चल शबीर चल। अब्बा कुछ कर उन्होंने रोक जा के। तो यालिया साढ़े पल्ले की छड़ है। बाहरे तो सब जा रहे हैं, तो निकाल कोई नहीं कर रहा। तू बिजनेस कर चुके, तू तो मान जाओ गाल मेरी। मैं छोटी जरूर हाँ, पर छोटी बहन नहीं। मान जाओ। अब मुकद्दस तू आप देख लाए कोई गाल आए है साढ़े पल्ले की छड़ है सो। भाई उन उन देखो गलती हो गई, एक बारी उन मौका दे। भाई वो वेखला तू भी उस नाल अली खलोती है। जा भाग अंदर, तू उस चल जा अंदर। दिमाग ना खराब कर, इस तो पहले कि मैं कोई और चांस चांस ना। भाई तू आ गोलो। भाई दरवाजा से खोल जा। वेखला सक्का पितरे रे ने ते बाज लगी हो सक्का मैं ना लेंदा। भाई ओ जिंदगी मेरे नाल कोई नहीं गुजारी, खोल दरवाजा। साड़ी सा दिखवारी तो कराई आलिया। भाई मेरी एक गलती थी, ये सजा है ना, मैं उतना दिखा करके सही चुई भागी जाता। जस चाचे आई था मेरे प्यो नाल गाल कभी ना की थी, आज भी आग चाह के गाल करता खला। केटा तेरा प्यास यारा है पिया। बहु बाबर गाल सुनी। भैया खुदा दा लाए मेरी इधर तरह खला है वे ना। बर जाई तेरी मेहरबानी। जो टाइम हाँ ना उस टाइम में तो मेरी काज सुन, इस वेले मेरे बाल तो मेरी गाल नहीं। बहु मेरी गाल सुन, मेरी सारी जमीन मेरे डोर सारा कुछ ले लो। ओ डोली मार डोर ते जमीना नु, मैं भलते फारेदार बनाई रखता हूँ। मेरी सारी जनाद ही ले ला, तो मेरी दीदा का की ला ला, एक निकाह कर चा मेरी दीदा। हाँ मैं सलाह करा, सलाह बैठ सलाह कर लेंगे। आई मेरी मिनट है वास्ते से वास्ते ने मेरा आका मान लो, मेरी अब उठी आज के ना रोलो खुदा ना राय दे। अच्छा है चारो दाल थोड़ा, चलो चलो तो घर काल करने, घर करने दाल थोड़ो तुसी चलो, असी सलाह कर ली। ओ सलाह दिखा लोड़ा घर करने। अब तो सा चलो ना तल्लू रे मेरी गाल सुन, चलो तू सा भाई या मेरी इज्जत रख लो खुदा ना राय दे। और घरो असी हमदे पैसे ना करने आ। गाल सुन मेरी, तू बिरा दे नाल चल, ठीक है ना। मैं तल्लू नाल गाल करके हमदी पे चलो, चलो समझा भी सारा बने ठीक है। मेरा पुत्र गाल सुन मेरी, हूं आ गई है गाल जमीन ते। अच्छा ते इस तू वड्डी केड़ी गाल ले पई है, तू रिश्ते दी हां कर दे। चलो कम से कम इस घर दी नुकरानी ता बाण ते रासी, तैनु पता है मेरी बुढ़ियां हुन हड्डियां हो गई, मेरे कोल काम नहीं होंदा। लेकिन हेठ मेरे भी शरे पई हां, तो आडे आथे मैं जींदी मथी थाऊंगा। अच्छा लेकिन चल नु जिथे मैं अंधे ले रथा ओथे तो मैनु पढ़ना बने। मेरा पोतर, मैं अपने पोतर दी हथ नाल शादी करवा के हमसा, ए मेरा तेरे नाल वादा है पिया, ठीक है ना। हुन ता फेर लाल चाचे दी मान लाना, जमीन ही ला ला, ते ए जड़ी मैडम है पई मुंह तो काला उमे हो गया सू, हुन एन मौके ते उनू संभाल ला, ठीक है ना। घर दी नुकरानी सारा दे बन तेरा सी, घर दे काम करे सी, मैं त आराम सुकून नाल हुन जिंदगी भलते ए न होवे तानू ओ मथन ला 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 ते हां ते सारी तुहाडी बन जावे, ते तुसी ओदे बन जाओ, ते मेरी डाल मुड़ भूल जाओ। मेरा पोतर तैनू पता है कि मैं अपने पोतर दे दिल दी ख्वाहिश ते पूरी करनी है, जिथे मेरा पोतर अंगे लक्सी मैं उठाई वाई ते पोतर दी शादी करे सा। ते हर्षा मुड़ मेरे नाम सी अबे दे तेरा नाम। चलो भाजिया मुड़ सी ठीक है। चल हाली तो नंबर कोई नहीं खोलिया, भावे तो मार गते उन्हें। एक तो मेरी खब्बी अख फुड़कदी पई, अल्लाह सुना कर मान भाई। हाँ सलमा तेरे को पता लगा आलिया दा की बनया? ओंदा की बनना है, ओंदा अगर रिश्ता करें दा पिया, ओंदा पियो है मैं रिश्ता करें दा, मैं अपने घर दिन मना लिया। तो तुसी गलत टाइम ते हुन मनाया है, दो घंटे तो तोड़े कोल टाइम है पिया, जो कुछ करने ने ते कर लो, मैनू आलिया घले है। अल्लाह गल सुन, तू जा ओदे घर, मैं घर जाना, मैं घर जाना, मैं ओदे एक रिश्ता मंगदा, ते ਜਿਹੜੀ ਕੋਈ ਗੱਲ ਮੇਰੇ ਨਾਲ ਫੋਨ ਕਰੀ ਸੀ ਉਹਦਾ ਨੰਬਰ ਬੰਦ ਪੈ ਜਾਂਦਾ। ਉਹ ਜਾਲੀਆ ਠੀਕ ਹੈ? ਹਾਂ ਆਲੀਆ ਠੀਕ ਹੈ, ਹੁਣ ਬੰਦ ਕੀਤਾ ਹੋਇਆ ਉਹਦਾ ਵੀਰਾ ਅੰਦਰ। ਬਸ ਤੂੰ ਜਾ ਤੇ ਮੈਂ ਘਰ ਦੇ ਲੈ ਕੇ ਗਾਂ। ਠੀਕ ਹੈ ਜਲਦੀ ਕਰਿਆ ਜਾ ਤੇ ਮੈਂ ਲਾਜ਼ਮੀ ਫੋਨ ਕਰੀ, ਜਿਹੜੀ ਕੋਈ ਗੱਲ ਤੇਰੇ ਫੋਨ ਤੇ ਮੈਂ ਗਾਂ ਆਵਣੇ। ਠੀਕ ਹੈ ਭਾਈ, 2 ਘੰਟੇ ਤਾਂ ਤੁਹਾਡੇ ਕੋਲ ਟਾਈਮ ਹੀ ਨਹੀਂ ਹੈ। 2 ਘੰਟੇ ਤੋਂ ਪਹਿਲੇ ਮੈਂ ਸਾਰੀ ਗੱਲ ਤੁਹਾਨੂੰ ਫੋਨ ਤੇ ਦੱਸ ਛੱਡੇ ਸਾਂ। ਹੈਲੋ ਹਾਂ ਸਲਮਾ ਮਾਨ ਭਾਈ। ਹਾਂ ਅਸੀਂ ਨਿਕਲੇ ਹਾਂ, ਅਸੀਂ ਰਾਹ ਦੇ ਵਿੱਚ ਹਾਂ, ਅਸੀਂ ਤਕਰੀਬਨ 20-25 ਮਿੰਟ ਪੜਦੇ ਪਏ ਹਾਂ। ਤੁਸੀਂ ਨਾ ਆਓ, ਤੁਹਾਡੇ ਆਉਣ ਦਾ ਕੋਈ ਫਾਇਦਾ ਨਹੀਂ ਹੈ। ਕਿਉਂ ਸਲਮਾ, ਕੀ ਹੋਇਆ? ਉਹਦਾ ਅੱਗੇ ਨਿਕਾਹ ਹੋ ਗਿਆ। ਐਵੇਂ ਨਿਕਾਹ ਹੋ ਗਿਆ? ਕਿਹਦੇ ਨਿਕਾਹ ਹੋ ਗਿਆ? ਉਹਦਾ ਉਹਦੇ ਚਾਚੇ ਦੇ ਘਰ ਹੋ ਗਿਆ, ਤੁਹਾਡਾ ਬੱਚਾ ਵੀ ਚਲਾ ਗਿਆ, ਤੇ ਆਲੀਆ ਦਾ ਵੀ ਨਿਕਾਹ ਹੋ ਗਿਆ। ਬੱਚਾ ਜ਼ਾਇਆ ਕਰਾ ਸਟਿਆ? ਨਹੀਂ ਬੱਚਾ ਕੋਈ ਨਹੀਂ, ਉਹ ਜ਼ਾਇਆ ਕਰਾਇਆ।
बच्चा भी ना ले लैके गई है तो थोड़े आवण दा हुण कोई फायदा नहीं, तुसी ना आओ। लेकिन भाई जिहड़े लोग इन्ना बड़े ज़ालिम हैं उन्हें थोड़ा बच्चा जाया करा छड़ना। चल मैं मेरी गल तो सुन। हेलो हेलो गल सुने ना, ते दर दा सामथन दा तोई नू थरनों दा मैडम दान ते तू पई होई है। मैं सारा कर लिया है, कर लिया सारा घर दा, मैं सारा थर लिया। तो पड़े मेरे सीते नहीं स्त्री जी हां होए खले है, होए खले ते जूती जूती पॉलिश की थी। हला हुन मेरी दाल ठौर नाल सुन ला जी। मैं चाचे दे पीछे तौड़ा दुट भरया ते अपने मां प्यो दे हाथे ते, हुन जेड़ी दाल मैं तरा ना उस तू मैनू ना ना तरी। ठीक है, ठीक है, मेरी इत्थे बनी हुई है दाई मां, ठीक है, चल मेरे नाल जी। ओदे जामना ते आ बच्ची वाला थम सारा खत्म करिए। मेरी गल सुनो ठीक। अच्छा ही ते बच्चा नहीं मजाया कर सकदे। मैं तैन पहना बे दूई बारी मैनू ये दाल ना छड़, पर तेरे साथ छत नहीं साऊं। मेरी गल सुन, तुसी जो मर्जी जुलम कर लो मैं बर्दाश्त करे से, मेरे प्यार दी निशानी है मैं नहीं जाया कर। ये तेरे प्यार दी निशानी नहीं, तेरे थरतूता दे तीते मुताले दी निशानी है। नहीं मैं काम कोई नहीं करना, तुसी जितना मर्जी दे जुलम कर, मैं तेरा टोट बार छड़ साऊं ते मैं इस बच्चे नु ही तताल तार छड़ साऊं। मार गए तो मंजूर है पर मैं इहनु नहीं मरण दे सकदी। मैं तैनू आख्या मैं तेरा फाड़ पी जाए नहीं, मैं तेनू लाश छड़ी आई है दाल। आज सुबह तो मेरे थोले दाल थी थी ना भई, ये मेरे प्यार दी निशानी है, है? चल हुने मेरे लाद दे, चल मैं प्यान वाली है, चल लग दे। मेरी गल सुन, जो मर्जी फिर नाल सलूक कर मेनू बर्दाश्त है। मैं काम नहीं ए हुण फनकार के करेंदी बैठी है। अम्मा मेरी दाल सुन, तो जिम्मे मैनू आख्या मैं इं दिता है, हूँ मेरी भी ताई पूरी तरह इन आख्या बच्चा ताया तरह मैं नहीं रान देना। हाँ तो सही पी आंदा है, एडा वड्डा मुकाला तेरा लुकाया है असा, है दवाई ते बाल जाया करा चकी आंदा पी गई शादी, उस दे प्यार दी निशानी है मेरे तो। चाची अच्छा मैनू एक गल दसो, तू सब पुत्र नु आख्या है ना कि मैं इस घर दे नौकर लाया आई हां, एक काम करन सी, मैं थोड़ा सारा काम करे सब, मैनू मरण वाला हक तक भी उस कदी नहीं दिता, मैं ओदी बीवी हां। अच्छा घर दे काम करण लई तू नौकरानी बन गई है, वाह मैम वाह, दमी नाल दमी नाल मेरा पुत्र, मैं खाप खाप रही हूं, मेरी चाह दी गोटी बना के दे, ए समाणी नहीं उठी जा, चाय नु बना के दीती मेरी मां। चाची मैं टोकरे ला वेखो तुसे चाह बना के रखी है, तुसी बाहर वग गए यार। चल सुन इस तू धूप ते बहुत ठरदी वा, धूप ते भांडे धोवा। चल उठी उठी उठाए चल तार संदा, तू बनाई रखी है बोट लग पिछे हूं जी होने हो गई बात बात चिके तेरे हथ लाते सबड़ा तर लिया हूं बेहतर हाले सा समाणी मरद का मामला है तो ना आई हाँ दस के तेरा मुतालबा दस आज बच्चा मैं साया थे रामना चाहना मैं नहीं रखना तू तो कदी बदरी नु गल करनी कोई नहीं है ठीक है ना, वो सानू करण दे। खुदा दा खौफ करो कुछ हो जा हौसला करो, समझा लेना मैं समझा लेना। वाह वाह जा ओरे मेरा सिर ही गा चा ले हाथ छांत चल छांत ले चल इनु छांत सिर गा खार गतिया मेरे आंख लगा है जा मेरे जा तू सवाल मर नहीं है सला नहीं है करना ओले खलोरा हुआ मैं ओले ना ना कीती ना बैठा गल सुन मेरी ए ए ता है अपनी बतरी दी गल करेंदा ठीक है ना जिमे हो सकदा इने नु गुज्जी मार दे होड़ हर शब मेरे नाम ता कराओ इसे गलत लगी रमी है ना इसे गलत लगी ना बन्ने ना बन्ने ना वड्डा विरागी ना होवे ता ए हे चौ पैरा बिल्ला बनया वदा तेरा पियो ना रोटी ना वाई एदी जड़ बन्ने स मैनु सारी जिंदगी जलील की लोड झाड़ू दी दबाओ नहीं नहीं छाता नहीं बाना बफर दे मिली दोस्त दोर में जानना के नहीं कोई बंदे दा बच्चा है के नहीं धोपे खुद केड़ी गल करन दी तू जा कारो दादा सवानी मरदा मामला तेरा कख ना रवे ओ न
कुछ भी हो जाए आज मैं भाई नु आग के छड़ना भी मैं आप ही आलिया नु मिला के लावे बस मैं आग छड़ना आज भाई नु भाई हां जी गल दसना भाई एक गल करनी है आप ही आलिया नु मिलन चली हुकम हां आप ही आलिया नु मिलन चली उस दा नाम ही ना पहला भी ओ जड़े लानत साडे पियो पुत्रा दे तैनु शर्म कोई नहीं आंदी भी गल करदे नहीं आप भाई मैं फिर छोटी हां फिर मेरी बहन है ना थानू गुस्सा है तो तुसी अपनी थान छड़ दे काई बहन नहीं ओदना साडा सारा रिश्ता खत्म हो गया है नहीं भाई एन तो ना आखो बस जड़ा मैं आख छड्या ना कोई नहीं जावणा आख्या ना कोई नहीं तो कोई नहीं बस दिमाग नाल खराब करी बार बार ओदा नाम ना लवी इस घर दे विच जड़ा कुछ करना है उस घर छड्या भाई एक बारी चुप बस चस कोई नहीं आंदी पई जितने तक ए कुटी सी ना ना मेरे जहन नु मेरे दिल ते सुकून कोई नहीं आवना मेरा जहन मनेंदा है कोई इयो जिया काम करा ते तल्लू वेखे मैनू ते एनु फाद के ते कुट्टे ता मेरा हां जा ते ठरना है वेखा ता सही आमदा पिया तल्लू कोई नहीं आंदा पिया आज ते मैं शैतान पूना करना ही करना है तेरी मैडम दी ते मैं ए नहीं मोनी कुटावनी तू सारी जिंदगी याद करे से तू वेख ता सही ये शुक्र है आमदा भैया जल्दी जी भांडे धोवण पै भई तल्लू देखती तो ता ये नो मां एथे तरह दी पई हां मेरा पोतर की करा काम करें दी बनी उस मैडम नु ता धम्मी नाल दा उठावण लगी ओ तंदरू उठिंदी नहीं पई बे भांडे धो लावा एडिया मेरी कोई भाई डर ते ना तू पैर आण दे मैं उठा उठी ਉਠਿਓ ਤਾਂ ਆਲਾ ਮੇਰਾ ਪੁੱਤ ਮੈਨੂੰ ਧੋਵਣ ਦੇ ਮੈਂ ਉਹਨੂੰ ਆਨੇ ਭਾਂਡੇ ਧੋਂਦੀ ਕੁੱਤੇ ਪਲੀਤ ਕਾਰਵਾਈ ਤਰਾਣ ਦੇ ਮੈਂ ਉਸੇ ਤੂੰ ਤਰਾਵਣਾ ਓਏ ਹੋਏ ਹੋਏ ਲੈ ਉਹਨੂੰ ਚੈਸ ਵਾਸਤੇ ਆ ਓ ਮੇਰਾ ਪੁੱਤਰ ਮੈਂ ਥੱਕ ਵਈ ਨਹੀਂ ਆ ਸਾਰਾ ਦੇ ਕੰਮ ਕਰੈਂਦੀ ਤੇ ਉਹ ਐਡੀ ਚੰਡਾਲ ਐ ਭਈ ਉਹ ਕੰਮ ਨੂੰ ਹੱਥ ਨਹੀਂ ਲੈਂਦੀ ਜਿਸ ਟਾਈਮ ਤੂੰ ਨਿਕਲਣਾ ਨਾ ਘਰੋਂ ਹੁਣ ਇਹ ਤਾਂ ਥਰੇ ਹਾਂ ਤੂੰ ਧਿਆਨ ਰੱਖਣਾ ਅੱਬਾ ਨਾਮ ਦਾ ਪਿਓ ਏ ਤੇ ਅੱਜ ਇਹਦੀ ਮੈਂ ਛੜ ਛਾਣ ਵੇਖਦਾ ਰਹੇ ਚਲੋ ਠੀਕ ਐ ਮੈਨੂੰ ਤਾਂ ਸੇਡਾ ਜ਼ਲੀਲ ਕਰ ਮਾਰੇ ਮੇਰੇ ਮੁੰਡੇ ਦਾ ਅੰਦਰ ਪਈ ਐ ਅੰਦਰ ਇਸ ਦਾ ਮੈਂ ਵੇਖਦਾ ਰਹਿੰਦਾ ਹੁਣ ਹੁਣ ਅਮਸੀ ਨਾ ਮਜ਼ਾ ਹੁਣ ਮੈਂ ਬਹਿ ਕੇ ਮਜ਼ੇ ਲਈ ਸੈਨਾ ਦੀ ਲੜਾਈ ਵੇਖ ਕੇ ਕੁੱਟ ਕੁੱਟ ਤੱਲੂ ਆ ਜੇ ਦੀ ਮੁੰਜ ਕੁੱਟ ਇਸ ਜਿਹੜੀ ਫਨਕਾਰ ਮੈਡਮ ਮੈਨੂੰ ਟੱਕਰੀ ਹੋਈ ਏ ਐਡੇ ਵਧੀਆਂ ਹੈ ਆ ਦੁੱਧ ਕੜੇਂ ਦੀ ਐਡੇ ਦੁੱਧ ਛੜੇਂ ਦੀ ਬੈਠੀ ਇਹ ਦੱਸੋ ਅਹੀਂ ਚੱਲਣ ਉਹ ਛੜ ਜੀ ਉੱਤੇ ਸੁੱਤੇ ਨੂੰ ਇਹ ਦੱਸੋ ਹੈ ਇੱਥੇ ਬਹੁ ਬਹੁ ਇੱਥੇ ਬਾ ਮੈਂ ਤੈਨੂੰ ਪਿਆਨ ਮੈਂ ਰੱਖੇ ਨੇ ਮੈਂ ਧੋਂਦੀ ਪਈ ਆ ਧੋਂਦੀ ਪਈ ਏ ਮੇਰੀ ਮਾਂ ਧੋਂਦੀ ਪਈ ਏ ਤੂੰ ਉੱਥੇ ਅੰਦਰ ਮੈਡਮ ਬਾਣ ਤੇ ਬੈਠੀ ਏ ਚੁੱਲ੍ਹੇ ਦੇ ਉੱਤੇ ਦੁੱਧ ਪੀਵਾਂ ਨਹੀਂ ਦੁੱਧ ਕੋਈ ਨਾ ਪੀਂਦੀ ਪਈ ਅੰਮੀ ਆਖਿਆ ਦੁੱਧ ਕਾੜ ਦੇ ਕੇ ਚੁੱਪ ਕਰ ਤੇ ਇੱਥੇ ਬਾ ਆ ਦੁੱਧ ਲਾਂ ਢੇਰ ਨਾ ਥਾ ਬਾ ਤੇ ਹੁਣ ਚੜਾ ਨਾ ਤੂੰ ਨਾ ਮੀ ਹੁਣ ਠੰਡਾ ਥਰੀ ਇੱਥੇ ਮੈਂ ਦਾਲ ਦੇ ਛੱਡਾਂ ਧੋ ਇਹਨਾਂ ਨੂੰ ਤੋਏ ਬੱਟ ਬਣਾਈ ਹੋਈ ਨਾਲੇ ਦਾਲ ਸੁਣ ਮੇਰੀ ਦੂਈ ਦਾਈ ਅੰਦੀ ਪਈ ਦਾਈ ਤੇ ਹੁਣ ਉਸ ਦਾਈ ਦੇ ਸੋਲ ਤੋਂ ਤਾਈ ਗੱਲ ਵੀ ਕੀਤੀ ਨਾ ਤਾਂ ਮੈਂ ਤੇਰਾ ਲਹੂ ਪੀ ਜਾਣਾ ਸਾਰਾ ਇਹ ਗੱਲ ਸੁਣ ਹਰ ਗੱਲ ਤੁਸੀਂ ਆਪਣੀ ਮਨਵਾ ਰਹੇ ਹੋ ਜਿਵੇਂ ਇਹ ਚਾਚੀ ਆਦੀ ਪੀ ਜਿਵੇਂ ਤੂੰ ਆਦਾ ਪਿਆ ਐਵੇਂ ਦਾ ਪਿਆ ਇਹ ਬਾਲ ਮੈਂ ਨਹੀਂ ਜ਼ਾਇਆ ਕਰ ਸਕਦੀ ਮੇਰੇ ਅੱਧੇ ਨਾ ਇਹ ਦਾਲ ਸਾਰੋ ਨਾ ਜਾਲੇ ਦਾਲ ਮੇਰੇ ਅੱਧੇ गाल सुन मेरा पोत्र ए दे
ए धताल खत्म कोई नहीं होंदे मगर मत खाले आंसू सटेंदी रह वंदी 24 घंटे रोंदी जोंदी रह वंदी ए अम्मा हेते नु दल थारा हां मेरा दे लेन जे जड़ी 33 नहीं पई हां एनु विच दोथे दे दे ते ना मार छड़ी ओ परा छोड़ एनु मार के गुनाह सिर ते लाउना इयो जी मनुसा नु तो उवें घर दियां कम्मां नहीं रखना चाहिदा ए घर दे काम करे ते सोहनी लगदी अम्मा सी हराम थांदे पया जितन सई आ बच्चा नहीं जाया होंदा फिर हाँ ये गल तो वाकई सही है मेरा बच्चा करे ना मेरा पोत्र ए बड़ी 420 रन ने पाई तू चल अंदर चल ते पत्थर ते तू बा ए सारा धंधा इसे करना चल हाँ मेरा पोत्र मैनू बहु गर्मी आंदी पई है कसम अल्लाह दी है मैं सारा दिन धूप ते काम करे नहीं मेरा मैदा ही काम करना छोड़ गया ना मैनू रोटी चंगी लगदी है ना कुछ जो हुन जा सुन ले हैं हुन आई तू बाद इथे भला तू अंदर वाड़ ते पई ਵੱਡੀ ਤੂੰ ਤਿਆਰੀ ਕੀ ਹੋਇਆ ਪੁੱਤਰ ਹੋ ਅਲੀਆ ਕੀ ਗੱਲ ਕੁਝ ਨਹੀਂ ਚਾਚੂ ਹੱਥ ਗਿਲਾਸ ਲੱਗ ਗਿਆ ਵੇਖ ਮੇਰੇ ਪੁੱਤਰੇ ਕੋ ਟਾਈਮ ਹੈ ਭਾਂਡੇ ਧੋਣ ਦਾ ਭਾਂਡੇ ਸ਼ਾਮੀ ਧੋ ਲਵੇ ਆਜੇ ਪਿਛਲੇ ਟਾਈਮ ਫਿਰ ਵੀ ਕੋਈ ਭਾਂਡਿਆਂ ਜੁੜੀ ਹੋਈ ਉਹਨੇ ਚਾਚੂ ਮੈਂ ਆਖੇ ਪਰ ਧੋ ਲੈਣੀ ਹੈ ਟਾਈਮ ਨਾਲ ਬਸ ਕਰ ਛੋੜ ਦੇ ਨਾ ਬੇੜੀ ਬੋਰ ਤੇ ਠਹਿਰ ਕੇ ਧੋ ਲਵੇ ਜੀ ਚਾਚੂ ਤੁਸੀਂ ਬਹੁਤ ਲੱਸੀ ਬਣੀ ਪਈ ਮੈਂ ਆਖੇ ਦੇਣੀ ਹੈ ਮੈਂ ਬਰਤਨ ਦੋ ਧੋ ਲਵ ਮਾਂ ਕੀ ਦੇ ਅੰਦਰ ਬੈਠੇ ਨੂੰ ਕਈ ਬੱਕੇ ਆ ਗਿਆ ਚਾਚੂ ਮੈਂ ਤੁਹਾਨੂੰ ਦੇਣੀ ਹੈ ਚਾਚੂ ਕੀ ਫਾਇਦਾ ਚਾਚੂ ਆਈ ਤੇਰੇ ਇਸ ਪਿਆਰ ਦਾ ਤੈਨੂੰ ਸਾਰੀ ਗੱਲ ਉਸਨੇ ਦੱਸਦੀ ਰਹੀ ਹੈ ਉਸਨੇ ਘਰੋਂ ਰਵਿਆ ਨਾ ਅੱਜ ਇਹ ਮੇਰੇ ਨਾਲ ਨਾ ਹੁੰਦਾ ਸਭ ਕੁਝ ਅੱਜ ਨਾ ਮੈਨੂੰ ਅਹਿਸਾਸ ਨਹੀਂ ਆਇਆ ਕਰ ਮੈਂ ਤਾਂ ਗੁਨਾਹ ਕੀਤਾ ਪਰ ਤੁਸੀਂ ਕਿਹੜਾ ਚੰਗਾ ਕੀਤਾ ਤੁਸੀਂ ਉਸ ਤੋਂ ਬਾਅਦ ਕੇ ਮੇਰੇ ਨਾਲ ਕਰ ਛੱਡਿਆ ਸਹੀ ਆਦਰ ਮਾਵਾਂ ਸਿਰ ਤੇ ਅਗਰ ਤੇ ਕਾਜ ਲੈਂਦੀ ਹੈ ਜਦੋਂ ਮਾਵਾਂ ਨੂੰ ਮੇਰੇ ਕੋਈ ਵੀ ਨਹੀਂ ਕੁਛ ਮਗਰੂ ਲਾਣਾ ਬਹਾਨੇ ਨਾਲ ਲਾਣਾ ਜੇ ਨੀ ਲਾਣਾ ਤੇ ਚਲੋ ਘਰ ਦੀ ਨੌਕਰਾਨੀ ਤਾਂ ਮਾਣ ਕੇ ਰਾਸੀ ਨਾ ਹੁਣ ਗੱਲ ਸੁਣ ਹਾਂ ਦੱਸ ਜ਼ਮੀਨ ਦੇ ਤਾਦਤ ਮੈਨੂੰ ਠੀਕ ਹੈ ਵਾਕਈ ਪਤੀ ਗੱਲ ਹੈ ਹੁਣ ਅਦਲਾ ਤਾਂ ਬਿਲ ਹਾਂ ਮੈਂ ਛੇਰ ਨੂੰ ਪਸੰਦ ਕਰ ਲੈਣਾ ਠੀਕ ਹੈ ਉਹ ਦੇ ਨਾਲ ਮੈਂ ਤਰੇ ਨਾ ਨਿਤਾ ਉਹਨ ਮੈਂ ਲੈ ਨਾ ਇੱਥੇ ਧਾਰ ਮੋਏ ਮੇਰੇ ਅੰਦੇ ਆ ਤਾਂ ਇਹਨੂੰ ਇਤਨਾ ਜ਼ਲੀਲ ਤਰ ਹਾਂ ਨਾ ਵੀ ਆਪਣੇ ਆਪ ਤੂੰ ਨਿਤੇ ਜਾ ਮੇਰਾ ਪੁੱਤਰ ਤੈਨੂੰ ਪਤਾ ਮੈਂ ਪਹਿਲੇ ਦੇ ਤੇਰੇ ਨਾਲ ਵਾਅਦਾ ਕੀਤਾ ਹੈ ਵੀ ਜਿੱਥੇ ਤੂੰ ਸ਼ਾਦੀ ਕਰੇ ਸੀ ਨਾ ਮੈਂ ਤੇਰੇ ਨਾਲ ਆ ਤੇਰੇ ਪਿਓ ਨੂੰ ਅਜੇ ਪਤਾ ਨਾ ਲੱਗੇ ਕਿਉਂਕਿ ਤੈਨੂੰ ਪਤਾ ਹੈ ਉਹਦੀ ਉਹ ਬਤਰੀ ਹੈ ਤੇਰਾ ਪਿਓ 420 ਬੰਦਾ ਹੈ ਉਹ ਬਤਰੀ ਦੀ ਸੈਡ ਲੈਂਦਾ ਹੈ ਹੁਣ ਹੈ ਥੀ ਦੇ ਉਹ ਉਸ ਕਮਰੇ 'ਚ ਮੈਡਮ ਸੁੱਤੀ ਪਈ ਹੈ ਉਸ ਕਮਰੇ 'ਚ ਉਹਦੇ ਪੱਛੇ ਦੀਆਂ ਤਾਰਾਂ ਨਹੀਂ ਛੇਤ ਲਾ ਅੱਛਾ ਦਿਲ ਤੋਂ ਉਹਨੂੰ ਸਿਰ ਤੇ ਬਾਮਣਾ ਹਵਾ ਨਹੀਂ ਲੱਗਣੀ ਚਾਹੀ ਉਹਨੂੰ ਬਾਹਰ ਧੁੱਪ ਤੇ ਤਾਂ ਤੂੰ ਬੇਫਿਕਰ ਹੋ ਜਾ ਇਹ ਕੰਮ ਮੇਰੇ ਤੇ ਛੱਡ ਦੇ ਮੈਂ ਉਹਨੂੰ ਨਿਤਾ ਤਾਰ ਤੇ ਲਾਇਆ ਹਾਂ ਤੂੰ ਆਪਣਾ ਕੰਮ ਨਬੇੜ ਇਹਨੂੰ ਤਾਂ ਵਕਤ ਸਿੱਧਾ ਕਰਨਾ ਮੇਰਾ ਕੰਮ ਹੈ ਤੈਨੂੰ ਪਤਾ ਹੈ ਤੇਰੀ ਮਾਂ ਕੀ ਹੋ ਜਾਈ ਰਾਮ ਨੇ ਤੈਨੂੰ ਦੱਲ ਦੱਸਾਂ ਹਾਂ ਪੂਰੇ ਥੇਂ ਚ ਪਤਾ ਲੱਗ ਦੇ ਵੀ ਇਹਦੇ ਪੇਟ ਚ ਅਈ ਬੱਚਾ ਤੇ ਸੇ ਹੋਰ ਦਾ ਮੈਂ ਉਹਨੂੰ ਮੂੰਹ ਬਦੇੜ ਤੇ ਲੱਦੂ ਤੱਲੂ ਪਤਾ ਕੀ ਗੱਲ ਹੈ ਮੇਰੀਆਂ ਵੀ ਢੇਰ ਸਾਰੀਆਂ ਮੇਰਾ ਪੁੱਤ ਹੈਂ ਪਈਆਂ ਸੈਲੀਆਂ ਬਹਿਣਾ ਬਣੀ ਹੋਈਆਂ ਉਹ ਤਾਂ ਹੌਲੇ ਹੌਲੇ ਉਹਨਾਂ ਨੂੰ ਪਤਾ ਲੱਗ ਗਿਆ ਤਾਂ ਬੜੀਆਂ ਗੰਦੀਆਂ ਰੰਨਾਂ ਪਈਆਂ ਚੰਡਾਲਾਂ ਹੁਣ ਕਿਵੇਂ ਨਾ ਕਿਵੇਂ ਇਸ ਜਿਹੜਾ ਕਰਤੂਤ ਕੀਤਾ ਇਸ ਤੇ ਪਰਦਾ ਪਾਉਣਾ ਪਊ ਸੀ ਤੇ ਮੈਂ ਇਹ ਆਨੀ ਆ ਵੀ ਚਲੋ ਵਧੀਏ ਨਾ ਇਹਦਾ ਬਾਲ ਛਾਲ ਜ਼ਾਇਆ ਕਰਾਈਨੇ ਆ ਕਿਵੇਂ ਨਾ ਕਿਵੇਂ ਤੇ ਇਹਨੂੰ ਬਾਲ ਨੂੰ ਜ਼ਾਇਆ ਕਰਾ ਕੇ ਚਲੋ ਘਰ ਦੇ ਕੰਮ ਤੱਕ ਉਜੇਂਦੀ ਵੀ ਏ ਰੱਥਾ ਛੱਥਾ ਨਾਲ ਨਹੀਂ ਬਾਲ ਜ਼ਾਇਆ ਹੁੰਦੀ ਤਵੀਰ ਸ਼ਵੀਰ ਦਿੱਤੀ ਹਾਂ ਵਿੱਚੇ ਸੋਤ ਪੁੱਤ ਜਾਵੇ ਤੇ ਮਰ ਜਾਵੇ ਨਹੀਂ ਹੁੰਦਾ ਹੁੰਦਾ ਤਾਂ ਹੈ ਇਹ ਗੱਲ ਵੀ ਤੇਰੀ ਸਹੀ ਹੈ ਭਾਈ ਬੇਟੇ ਜਿਹੜੇ ਹੋਏ ਨਾ ਤਾਂ ਪੀਰ ਫਤੀਰ ਜਿਹੜੇ ਬੈਠੇ ਉਹ ਵੀ ਰੜੀਆਂ ਧੜ ਦਿੰਦੇ ਨੂੰ ਨੱਠਣਾ ਚਾਹੋ ਚਾਹੋ ਪੈਰਾਂ ਢੋਰ ਲਾਇਓ ਬਾਲ ਪਤਾ ਨਹੀਂ ਮਰਸੀ ਜਾਂ ਨਾ ਮਰਸੀ ਸਾਡੀ ਰੜੀ ਹੋ ਜਾਵੇ ਇਹ ਗੱਲ ਵੀ ਤੇਰੀ ਸਹੀ ਹੈ ਚਾਹੋ ਤਾਂ ਤੂੰ ਇਤਨੇ ਦੇ ਗੱਡੇ ਦੇ ਗੱਡੇ ਪੈਸੇ ਲੈਂਦੇ ਤੇ ਅਸਾਂ ਪੈਸੇ ਕਿੱਥੋਂ ਕੱਢੇ ਚੱਲ ਤੂੰ ਆਪਣੇ ਜ਼ੁਲਮ ਦੀ ਇੰਤਹਾ ਕਰ ਤੇ ਮੈਂ ਤੁੜੀ ਲਾਇਆ ਚੱਲ ਠੀਕ ਹੈ ਤੂੰ ਜਾ
अबे मौत में तार लाई। चलो ठीक है तू जा, मैं बात करे नहीं है। हूँ आसी ना मजा, हूँ मैं बे नहीं है कि तू मैडम की में सोख दिया रोटियां खानी, तू मेरी नौकरी करनी है। उठी मां नूर, हूँ अपने काम नु हो जा शुरू। हल दाल सुनो, हां मैं ये दसो, बड़ी तो तू है मां है, लेकिन ये दसो कि मैं हतल ला मु तो ला जो जांदा पे निता करण, वो मैंने अक्सर तेरा मां पे तो ही नहीं, और तू तो मेरे नाल चल थोड़ा। हल गाल सुन मेरी, मैं वाई तेरा ओ पखिश के बांध करे नहीं, मैडम सुती पई है, मां चल मैं तेरे ले चलनी है, मेरे जहन ही जे गाल हाई कोई ना। चल भाजे, हां चल तोर। चलो अब्बा ये तो सिर पीड़ लती साडे सिरो, और मेरा पोत्रो गलती कर बैठा है छोटी जी। और केड़ी ए उद्दे करना ही ना है मेरा पोत्रो, सारी जमीन दीती, जायदाद ही दीती, माल मन्नी दीता, कोई नहीं मां बाद बना ला साहबा, जड़ी इज्जत हत्थु एक बारी लगी जावे ना ओ मुड़ नहीं है। चाचा मलंगी हुण तो राज लिया ही ना, सीधी जिंदगी बर्बाद करके की होगी, बाज के देखो तो सही तल्लू निकाह करण के दुआ है, मैं तो लगदा तोड़ी दी हाई का ना, ओ तो कोई बाहर दी आई, अपने ही जो हमने ना तो दुश्मन दी लोड़ी का नहीं होती, जो तू सधी नल कीता है तलो नुका करण गया। हां उठी मैं ना छोरा, उठी मेरे नाल केड़े मुंह नाल मैं वन्या बैठ दे घर, ओ जड़ी मैं पे गल करे ना मेरी मन अब्बा से तो कुछ चंगा मान लो मेरी गल, पहले सोच लो ना करो इस तरह, बड़े दो थाने मिनटा कीतियां भाई, आप ही हाल चली, आप ही हाल चली, हुन तो एड़ा जुल्म हो रहा है। चलो चलो मेरे जी, चलो चलो बंद कर आओ दरवाजे वइने, चल दरवाजे बंद कर। आलिया आलिया तू तू किधर आया है? ना परेशान हो मेरे सामने घर में उन्होंने वेदा पे तू तू जा इतने कोई आ जा से तेरे तमाशा बन जा से मेहरबानी कर। आलिया मैटर रिस्क लेके आया तेरे काना है, मेरी जिंदगी रिस्क बन गई है ते तू आना तेरे पीछे रिस्क लेके आया। अरे तू कोई की फायदा होण तेरे आवण दा, तू कोई सच्चाई नु जानदी समझ आई ना? नहीं की सच्चाई है, मैं सिर्फ एक सच्चाई जाननी है कि जेड़ी एक जान मेरे पेट ही पलदी पई है ना वो तेरी है, और तेरे पीछे सी पता नहीं कितनी अज़ियत भोगते पाया। अरे मैं भी से काना है ते तेरे काना है, अरे चल ने सुना चलते हैं मैं अपने प्यो ते बिरा दी इज्जत उधो लीलाम कर सकती हां, जदो घरों बाहर कदम चाया ते तेरे हल गई हां, कल मुंह करा के मैं बाल बनाया, मैं तेनु रोंदी पिटदी रही, मेरा रिश्ता के मांग ना आयो। अरे तेन सच्चाई दा दस्त दफे कोई नहीं पता के सच्चाई है, असि रिश्ता लेन आंदे पैसे तू तो भाग गई होइया, तू झूठ बोलदा पिया। अरे मैं सलमा नु चेचा गलिया यो नु जाके मेरा पैगाम दे, जदो जिंदगी सलमा मिली उसको पूछी तो सही की होया। देख मेरी गल सुन, मंगे परनींद लिखे परनींद मंगे नहीं परनींद, मेरा लिखिया पिया और मैं परनी गई हां। इतने लिखिया पे दो पखे तेरे घर च, एक पखे ने तेन चलाक दितो है, इतने लिखिया पे अपना हाल वेख की कीती बैठी है। मेरे नसीब है वेख आलिया, मैं जो गलती कीती ओ दी मैं सजा मिलदी पई है। वेख आलिया यो जगह ते मैं अपने बाल नु रोलन दे सकदा, मैं दस्ता पे बस बाल तू आ द पे अरे कर तू भी न मरता चु निकलयो ना के औलाद ना होवण ते अल्लाह पाक मेनू औलाद दे, औलाद होवण ते निकल तू औलाद मेरी। कदी ते तुसी मर्द औरत दी भी कदर करे सो, कदी ते औरत दे भी जिस बात नु वेख सो तुसी। हाली मैं वेख तेरी भी गल करदा पिया, मेरी गल सुन चुप करके वागी जा, हुण मेरी वास्ते तेरी वास्ते सोचना भी गुनाह है, क्योंकि मैं किसी दी बीवी हां और किसी दे निकाह च। अच्छा मैं सोच ही नहीं सकदी हुण तेरे बारे, ते मैं जेड़ा हुण तैं दे रात तेरे बारे सोचदा रहया नस के वन्यों तो बिल्कुल ही बोल जा, हुण जो होया मेरे नसीब, जो सजा मिल सी मैं भुगे सा और ये मेरे नसीब है, हंस के बर्दाश्त करे सा। और रही गल बच्चे दी, मेरा बच्चा सोच भी ना कि तेरा बच्चा है, ये सिर्फ मेरा बच्चा है और इन मैं आप ही पले सा, माहौल ही हो जा। ये पहले उस दिन गलती करन तो पहले सोचना है कि मैं किस माहौल च अपना बच्चा पैदा पे करे ना, गलती करन तो बाद कोई फायदा नहीं। देख आलिया मैं
मैं सारा कुछ बर्दाश्त कर सकता मैं तो इतना मेरे हाल ही संग लेकिन सुहा कुछ होया तो मैं इतना बैठा कोई ना सही है मैं तेन प्यार ना लाती पी इज्जत ना ही उठी जा मैं भाग जाना लेकिन एक गल दा वादा लेके जैसे मैं बोल जा सके तेरा ते मेरा कोई आपस ऐसी भी रिश्ता है ओ तो वाली आगे बोल गई है और रही गल मेरे प्यार दी या मेरे बच्चे दी ओ भूल जा तू ना ही मेनू को तेरे नाल प्यार है ते ना ही तेरा बच्चा अच्छा ठीक है ना सही प्यार लेकिन इस बच्चे ने कोई नो मत नहीं आखना है वाली ना ही तो तेरे बहुत कदी ना बच्चा हो सके तो कदी कदी मैंने मिला इतने सुख तो मैं दिते इतने तो इस बच्चे ने भी देवने आ रोंदी कुरलांदी रही है कि मेरे वारस मान जा लेकिन तू तो एक ना सुनी गरूर आई या ना आई तुसी ते लंबा रहा है ना असी माड़ी कौम गरीब बंदे आसे बद दुआ नहीं है मेरी लेकिन रब करी तेरे नाल भी इंजी होवे तेनू पता लगे कि दर्द कितना होंदा कितनी तकलीफ होंदी है गर्मी ते बैठी है इंजे भूल गया तू कि मेरे नाल इस गल च की होंदा पिया और की कुछ सहंदी पई है वाह मेरे अल्लाह अस्सलाम वालेकुम वालेकुम चाचू जी लस्सी देवा हां देख बैठे हैं सुना के किधर गए सारे पता नहीं ਤੱਲੂ ਤੇ ਚਾਚੀ ਬਾਹਰ ਗਏ ਨੇ ਕਿਦਾਂ ਮੈਨੂੰ ਤਾਂ ਆਖਿਆ ਇਹਨੇ ਪੱਖੇ ਨਾ ਚਲਾਵੀਂ ਤੇ ਬਾਹੋ ਹੀ ਥਾਂ ਪੱਖੇ ਨਾ ਚਲਾਵੀਂ ਜੀ ਇਹ ਚਾਚੀ ਆਖਿਆ ਕਿ ਤੇਰੀ ਸਜ਼ਾ ਹੈ ਤੂੰ ਹੀ ਥਾਂ ਗਰਮੀ 'ਚ ਬਾਹੋ ਅਤੇ ਉਹਦੀ ਇੰਨੀ ਸੁਣ ਲਈ ਨਾ ਦੇਖ ਰਹੇ ਤੇ ਜਿਹੜੀ ਗੱਲਾਂ ਤੈਨੂੰ ਪਤਾ ਤਮਾਸ਼ਾ ਬਣਾਈ ਰੱਖਦੀ ਕੋਈ ਇੱਧਰ ਤੇ ਕਾਈ ਉੱਧਰ ਤੈਨੂੰ ਪਤਾ ਵੀ ਉਹ ਕੀ ਉਹ ਗੋਲ ਖਿਲੈਂਦੀ ਪਈ ਹੈ ਮੈਂ ਹਾਂ ਜਿਹੜਾ ਬਰਦਾਸ਼ਤ ਕਰਦਾ ਉਹਦਾ ਮੈਨੂੰ ਪਤਾ ਮੈਂ ਸਜ਼ਾਵਾਂ ਭੁਗੇਂਦਾ ਦੇਖਣਾ ਜਿਹੜੀ ਮੈਂ ਭੁਗੇਂਦਾ ਪਿਆ ਉਹ ਤੋਂ ਤਾਂ ਸਾਰੀ ਜ਼ਿੰਦਗੀ ਉਹ ਜਿਹੜਾ ਮੈਂ ਲਿਖੀਆਂ ਬਸ ਰਾਬਤ ਭੋਗਣੀ ਹੈ ਚਾਚੂ ਮੇਰੇ ਆਪਣੇ ਮੁਕੱਦਰ ਮੈਂ ਆਪਣੇ ਪੈਰਾਂ 'ਤੇ ਆਪ ਕੁਹਾੜੀ ਮਾਰੀ ਹੈ ਹੁਣ ਜੋ ਕਰੇ ਕੰਮ 'ਤੇ ਕੰਮ ਘਰ ਵਾਲਾ ਤਾਂ ਹੈ ਨਾ ਮੈਨੂੰ ਮਨਜ਼ੂਰ ਹੈ ਉਹਦੀ ਹਰ ਸਜ਼ਾ ਮੇਰਾ ਪੁੱਤਰ ਗੱਲ ਇਹ ਨਾ ਮੈਂ ਇੱਥੇ ਦੀ ਕੋਈ ਨਹੀਂ ਲੇਕਿਨ ਇਹ ਕਿ ਮੈਨੂੰ ਪਤਾ ਹੈ ਬਤੀ ਦਾ ਕੀ ਕਦਰ ਹੁੰਦਾ ਜਿਹਦੇ ਨਾਲ ਕਿ ਜਾਣਦੇ ਹਾਂ ਅਤੇ ਮੈਂ ਮਜਬੂਰ ਹਾਂ ਹਰ ਪਾਸਿਓਂ ਪੁੱਤਰ ਵੱਲ ਵੀ ਅਤੇ ਸਵਾਣੀ ਵੱਲ ਵੀ ਪਤਾ ਨਹੀਂ ਉਹਨੇ ਕੀ ਗੋਟੀ ਖੇਡੀ ਹੈ ਮੈਨੂੰ ਤਾਂ ਸਮਝ ਨਹੀਂ ਪਹਿਲੇ ਇੱਕ ਵਾਰੀ ਉਹਨਾਂ ਆਖਿਆ ਜਿਸ ਲੈਣਾ ਕੋਈ ਤਾਂ ਲੈ ਲਿਆ ਉਹਨੇ ਤਾਂ ਹੁਣ ਪਿੱਛੋਂ ਹੁਣ ਤਮਾਸ਼ਾ ਬਣਾਇਆ ਉਹਨੇ ਵਿਹਲਾ ਅਤੇ ਜੇਕਰ ਇਹ ਜ਼ਿੱਦ ਦੇ ਤਾਂ ਇਹ ਜ਼ਿੱਦ ਤੂੰ ਛੱਡ ਦੇ ਉਹ ਜਾਣੇ ਇਸ ਗੱਲ ਦੇ ਪਿੱਛੋਂ ਲੱਗੇ ਹੋ ਤੂੰ ਕੁਛ ਛੁੜਾ ਇਸ ਤੋਂ ਪਰ ਨਹੀਂ ਚਾਚੂ ਉਹ ਜੋ ਮਰਜ਼ੀ ਜ਼ੁਲਮ ਕਰਿੰਦੇ ਪਰ ਮੈਂ ਬਰਦਾਸ਼ਤ ਕਰਿੰਦੀ ਪਈ ਹਾਂ ਨਾ ਮੈਂ ਇੱਕ ਗੁਨਾਹ ਕੀਤਾ ਦੁਬਾਰਾ ਕਤਲ ਨਹੀਂ ਕਰਨਾ ਚਾਹੁੰਦੀ ਜਿਹੜਾ ਬੱਚਾ ਇਸ ਦੁਨੀਆਂ 'ਤੇ ਆਇਆ ਹੀ ਨਹੀਂ ਉਹਨੂੰ ਆਉਣ ਤੋਂ ਪਹਿਲੇ ਮੈਂ ਕਤਲ ਕਰਦਾ ਮੁੜ ਮੈਂ ਕਾਤਲ ਵੀ ਸਦੀਨ ਦੀ ਵਰਤਾਂ ਇਹ ਗੁਨਾਹ ਕੀਤਾ ਹੈ ਨਾ ਇਹਨੂੰ ਨਿਭਾਈ ਸਾਂ ਵੀ ਸਹੀ ਮੈਂ ਮੇਰਾ ਪੁੱਤਰ ਉਹ ਗੁਨਾਹ ਹੈ ਅਤੇ ਸਾਰੀ ਜ਼ਿੰਦਗੀ ਗੁਨਾਹ ਹੀ ਹੋਣਾ ਹੈ ਕਿ ਕੱਲ੍ਹ ਨੂੰ ਇਹ ਪਿਓ ਆ ਕੇ ਵੇ ਮੈਂ ਮੇਰਾ ਹੈ ਹੀ ਨਹੀਂ ਇਹ ਹਰਾਮ ਦਾ ਅਤੇ ਮੁੜ ਵੀ ਉਹ ਗੱਲ ਆਉਣੀ ਪੈ ਕੇ ਇਹ ਆਖਣ ਵਾਲੀ ਕਿਹੜੀ ਗੱਲ ਹੈ ਚਾਚੂ ਸਾਰਿਆਂ ਨੂੰ ਪਤਾ ਤੁਹਾਨੂੰ ਨਹੀਂ ਪਤਾ ਅਤੇ ਉਸਨੂੰ ਮੁੜ ਨਾ ਕੋਈ ਨਾ ਦੀਵਾ ਅਤੇ ਕੱਲ੍ਹ ਨੂੰ ਉਹ ਕੀ ਕਰੇ ਸੀ ਤੂੰ ਤੇਰਾ ਵੀ ਸਿਰ ਪੜਿਆ ਸੀ ਮੇਰਾ ਮੈਂ ਕਹਿੰਦਾ ਪੋਤਰਾਂ ਦੇ ਕਿਹਦੂ ਹਾਂ ਚਾਚੂ ਅੱਜ ਤੱਕ ਮੈਨੂੰ ਵੀ ਤਾਂ ਬੀਵੀ ਵਾਲਾ ਹੱਕ ਨਹੀਂ ਨਾ ਮਿਲਿਆ ਬੈਠੀ ਹੈ ਨਾ ਇਸ ਘਰ ਦੇ ਵਿੱਚ ਤੁਹਾਨੂੰ ਵੀ ਪਤਾ ਸਿਰਫ ਉਹ ਪੁੱਤਰ ਹੈ ਨਾ ਇਸ ਵਾਸਤੇ ਉਸਦੇ ਅੱਗੇ ਤੁਸੀਂ ਗੱਲ ਨਹੀਂ ਕਰ ਸਕਦੇ ਔਰ ਮੈਂ ਵੀ ਇਸ ਵਾਸਤੇ ਬਰਦਾਸ਼ਤ ਕਰ ਰਹੀ ਹਾਂ ਕਿਉਂਕਿ ਮੈਂ ਗਲਤੀ ਕੀਤੀ ਉਹਦੀ ਸਜ਼ਾ ਮਿਲਦੀ ਪਈ ਮੇਰਾ ਪੁੱਤਰ ਮੈਨੂੰ ਪਤਾ ਹੈ ਬਸ ਮੈਂ ਆਪਣੀ ਜਿਵੇਂ ਨਿਭਾਉਣ ਪੈਂਦਾ ਪਿਆ ਮੈਨੂੰ ਪਤਾ ਹੈ ਬਸ ਕੋਈ ਗੱਲ ਨਹੀਂ ਜਦੋਂ ਉਸ ਮੈਨੂੰ ਕਦੀ ਬੀਵੀ ਸਮਝਿਆ ਹੀ ਨਹੀਂ ਕਦੀ ਬੀਵੀ ਵਾਲਾ ਹੱਕ ਹੀ ਨਹੀਂ ਦਿੱਤਾ ਤਾਂ ਮੁੜ ਇਸ ਬੱਚੇ 'ਤੇ ਜਾਂ ਮੇਰੇ 'ਤੇ ਤਾਂ ਉਸਦਾ ਕੋਈ ਹੱਕ ਨਹੀਂ ਨਾ ਮੈਂ ਤੈਨੂੰ ਤੇ ਸਮਝਿਆ ਤੇ ਨਾ ਮੈਂ ਤੈਨੂੰ ਸਮਝਣਾ ਅਹੀਂ ਜਾਓ ਬਹੁ ਬਹੁ ਉੱਥੇ ਅਹੀਂ ਜਾਓ ਇਹ ਮੇਰੇ ਦਰਦ ਹੀ ਹੈ ਮੈਂ ਨਿੱਧਾ ਦਰਦ ਤੇ ਲਾਇਆ ਹੁੰਦਾ ਬਾਜੇ ਮੇਰੀ ਠੀਕ ਹੈ ਕੀ ਹੈ ਹਾਂ ਓਏ ਕਿੰਨੀ ਗਰਮੀ ਹੈ ਬੰਦੇ ਤਮੀਜ਼ ਹੋਣੀ ਚਾਹੀਦੀ ਬੰਦਾ ਕੋਈ ਪਾਣੀ ਪੋਛ ਲੈਂਦਾ ਕੋਈ ਠੱਟਾ ਪਾਣੀ ਪਿਲਾ ਛੋੜੋ ਦੁੱਧ ਤੂੰ ਆਏ ਆ ਫਰੇੜੇ ਉਹ ਥੋੜਾ ਜਿਹਾ ਮੇਰੀ ਧੀ ਮੈਂ ਹੁਣੇ ਆਪਣੀ ਧੀ ਨੂੰ ਪੱਖਾ ਚਲਾ ਦੇਣੀ ਆ ਖਲੋ ਇੱਕ ਮਿੰਟ ਮੈਂ ਵੇਹਣੀ ਆ ਬਿਜਲੀ ਖਲੋਤੀ ਹੈ ਤਾਂ ਬਿਜਲੀ ਟਾਈ ਨਹੀਂ ਹੱਥ ਨਾਲ ਪੱਥਾ ਚੱਲੋ ਕੰਜਰਾ ਦੀ ਬਿਜਲੀ ਕੋਈ ਨਹੀਂ ਹੈ ਮੇਰੀ ਧੀ ਨੂੰ ਗਰਮੀ ਬੜੀ ਲੱਗਦੀ ਹੈ ਹੈ ਬਹੁ ਗਰਮੀ ਹੈ ਤੁਹਾਡੇ ਘਰ ਤੇ ਪਤਾ ਨਹੀਂ ਹੁਣ ਮੇਰੇ ਸਿਰ ਤੇ ਖਲੋਤੀ ਰਹਿਣੀ ਕੋਈ ਪਾਣੀ ਦੇ ਛਾ ਮੈਨੂੰ ਘੋਟੋ ਹੈ ਭੇੜ ਦੀ ਬੇ ਤੋਲੇ ਨੂੰ ਪਤਾ ਹੀ ਤੋ ਨਹੀਂ ਬਾਏ ਬਾਏ ਖੜਨ ਲਾਓ ਕੇ ਖਲੋ ਰਹੀ ਹੈ ਬਾਏ ਬਾਏ ਨਹੀਂ ਨਹੀਂ ਬੜਾ ਚੰਗਾ ਕਰਕੇ ਆ ਤੂੰ ਵੀ ਹੈ ਨਾ
ये बड़ा चंगा बेरकर पूछे ना सहने बिकराए कोई ते हर हित तो मैं सहन तर आमने मैं पहले दाल से इतिया भाई मैं दूई शादी तार लेनी ने ये तो मां नाल कीती तो मेरे नाल काय नहीं कीती ते मां कोई शरीक नहीं है पई हाय मैं तेरा भी पता है चुप कर के बाहो ना मैं तेरा भी पता है ते पन्ना के लान दी ते के हो गई है कोई गुनाह कर लिया सारी जिंदगी मेरा पोतरा ओत नहीं खादर बता रहे तो मां खादर बता रहे तत्ता पाने मेनू दे छोड़ आई दसो ਕਾਚੋ ਮੇਰੀ ਗੱਲ ਸੁਣੋ ਮੈਂ ਜਦੋਂ ਇਹਨਾਂ ਨਿਕਾਹ ਕੀਤਾ ਨਾ ਮੈਂ ਉਦੋਂ ਪਹਿਲੇ ਦੇਖ ਸਾਰੇ ਗੱਲਾਂ ਮੈਨੂੰ ਕਰ ਛੋੜੀਆਂ ਨੇ ਮੈਨੂੰ ਘਰ ਦੇ ਵਿੱਚ ਕੋਈ ਰੋਕੇ ਨਾ ਜਿਵੇਂ ਮੈਂ ਹਾਂ ਮੈਂ ਉਵੇਂ ਰਹਿਣਾ ਆ ਤੇ ਜਿਸੇ ਦੇ ਨਾਲ ਤੀਤੀ ਉਸ ਮੇਰੀ ਲਾਸ਼ ਤੂੰ ਲੱਤ ਤੇ ਧਰਨੀ ਮੈਂ ਲਾਸ਼ ਤੂੰ ਤਨ ਵਿਜਿਆ ਨਾ ਪੈਸਾ ਨਾ ਬੱਬੂ ਅਜ ਬਾਹਰ ਦੇ ਧੱਕੇ ਸਬਕ ਤੂੰ ਇਹਨੂੰ ਲੈ ਜਾ ਤੇ ਆਪ ਹੀ ਜਾ ਸੁਭਾਨ ਅੱਲਾ ਸੁਭਾਨ ਅੱਲਾ ਅੱਜ ਜਿੰਦੀ ਬੈਠੀਆਂ ਚਾਚਾ ਸੀ ਆ ਕੀ ਸੁਣਿਆ ਓਏ ਭਾਈਆ ਕੀ ਹੋ ਗਿਆ ਬਾਬਾ ਰੋ ਆਇ ਕੌਣ मेरे जो नसीब आ मेरे मुकदरा च मेरा घर आला मिल गया जो सलूक करे उस जो किया अच्छा किया है मेरी जी औरत नाल कौन शादी करे ਉਸ ਆਪਣੀ ਜ਼ਿੰਦਗੀ ਦਾ ਅੱਛਾ ਫੈਸਲਾ ਕੀਤਾ ਮੈਂ ਇਸ ਦੀ ਖੁਸ਼ੀ ਵਿੱਚ ਖੁਸ਼ ਹਾਂ ਅਲੀ ਖਾਨ ਅਬੂ ਜੀ ਜ਼ਮਾਨ ਨਾਲ ਅਸੀਂ ਬਹੁਤ ਵੱਡੀ ਗਲਤੀ ਕੀਤੀ ਬਹੁਤ ਵੱਡਾ ਸਾਡੇ ਕੋਲ ਗੁਨਾਹ ਹੋ ਗਿਆ ਆਪਣੇ ਘਰ ਵਗ ਜਾ ਮੇਰੇ ਘਰ ਨਾ ਖਰਾਬ ਕਰੋ ਮੈਂ ਤਲਾਕ ਜਦੋਂ ਮੰਨ ਗਿਆ ਸੀ ਉਸਦੇ ਮਾਪਿਓ ਮੰਨ ਗਏ ਤਾਂ ਸਾਨੂੰ ਚਾਹੀਦਾ ਕਿ ਅਸੀਂ ਉਹਦੇ ਨਾਲ ਕਰ ਛੱਡੀਏ ਅੱਜ ਸਾਡੀ ਭੈਣ ਐਂ ਕਰਕੇ ਮੇਰੀ ਭੈਣ ਰੋਵੇ ਤਾਂ ਨਾ ਆਣ ਸਹੀ ਆ ਦਿਨ ਉਹ ਕਿਵੇਂ ਆ ਦਿਨ ਨਾ ਬਈ ਆਪਣੇ ਅੰਦਰ ਅਹਿਸਾਸ ਕੋਈ ਨਹੀਂ ਹੁੰਦਾ ਜ਼ਰਾ ਮੇਰਾ ਪਿਤਰੇ ਰੇ ਬਸ ਮੇਰੇ ਤੋਂ ਜਿਹੜੀਆਂ ਗਲਤੀਆਂ ਹੋਈਆਂ ਨਾ ਮੈਂ ਉਸਦੀ ਮਾਫ਼ੀ ਮੰਗਦਾ ਮੈਂ ਇਹ ਸਾਤਾਂ ਹੀ ਦੇਖਦੇ ਹਾਂ ਬਈ ਇਹ ਦਰ ਛੱਡ ਜਾ ਸੀ ਲੇਕਿਨ ਇਹ ਸਾਈ ਸਾਬਤ ਤਰ ਦਿੱਤਾ ਬਈ ਇਹਨੂੰ ਵਾਤਿਆ ਹੀ ਪਿਆਰ ਹੋ ਗਿਆ ਇਹ ਆਪਣਾ ਦਰ ਜਿਹੜਾ ਇਹਨੇ ਨਹੀਂ ਛੱਡ ਸਕਦੀ ਬਸ ਅੱਜ ਤੋਂ ਬਾਅਦ ਮੈਂ ਤੇਰੇ ਨਾਲ ਥੋੜ੍ਹੀ ਦੁਲਾਉਣਾ ਤੇਰੇ ਸਾਂ ਅਤੇ ਤੋਂ ਜਿਹੜਾ ਇਹਦੇ ਬਾਰੇ ਹੁਣ ਤਾਈਂ ਦਾਲ ਦਿੱਤੀ ਨਾ ਮੈਂ ਤੇਰਾ ਲਹੂ ਪੀ ਜਾ ਸਾਂ ਸਾਨੂੰ ਮਾਫ਼ ਕਰ ਦੇ ਸਾਡੇ ਕੋਲ ਬੜੀ ਵੱਡੀ ਗਲਤੀ ਹੋ ਗਈ ਮੈਂ ਕੌਣ ਨਾ ਮਾਫ ਕਰਾਂ ਅੱਜ ਤੋਂ ਬਾਅਦ ਮੇਰੀ ਧੀ ਹੈ ਤੇ ਮੈਂ ਇਹਨੂੰ ਆਪਣੀ ਧੀ ਬਣਾ ਕੇ ਰੱਖਾਂ ਮੈਂ ਇਹ ਗੱਲ ਤੇ ਸਮਝਾਈ ਹੈ ਤਾਂ ਖੂਨ ਆਪਣਾ ਆਪਣਾ ਹੀ ਹੁੰਦਾ ਉਸ ਚੋਂ ਅੰਧਿਆਂ ਨਾਲ ਆਪਣਾ ਰੰਗ ਵੀ ਖਾਇਆ ਮਾਫ ਕਰ ਦੇ ਇਸ ਦੁਨੀਆ ਤੇ ਨਾ ਔਰਤ ਪਹਿਲੀ ਵਾਰੀ ਤੇਰੇ ਵਰਗੀ ਮੈਂ ਵੇਖੀ ਹੈ ਮੈਨੂੰ ਮਾਫ ਕਰ ਦੇ ਮੈਨੂੰ ਕੋ ਬਹੁਤ ਵੱਡੀ ਗਲਤੀ ਹੋ ਗਈ ਜਦੋਂ ਕਿਸੇ ਔਰਤ ਤੋਂ ਗਲਤੀ ਹੁੰਦੀ ਨਾ ਸਭ ਤੋਂ ਵੱਡੇ ਗੁਨਾਹਗਾਰ ਤਾਂ ਸੀ ਅੱਬਾ ਇਸ ਦੇ ਉਹਨੂੰ ਕੋਈ ਨਹੀਂ ਮਾਫ ਕਰਨ ਵਾਲਾ ਹੁੰਦਾ ਮੇਰੀ ਗੱਲ ਯਾਦ ਰੱਖੀ ਬਾਜ਼ਾਰ ਚ ਲੈ ਜਾਣ ਵਾਲੇ ਬੜੇ ਮਰਦ ਆਉਂਦੇ ਨੇ ਪਰ ਇੱਜ਼ਤ ਦੇਣ ਵਾਲਾ ਕੋਈ ਨਹੀਂ ਹੁੰਦਾ ਅੱਬਾ ਸਭ ਤੋਂ ਵੱਡੇ ਗੁਨਾਹਗਾਰ ਅਸੀਂ ਹਾਂ ਤਾਂ ਉਸੇ ਨਾਲ ਨਾਲ ਜਦੋਂ ਸਾਨੂੰ ਪਤਾ ਲੱਗ ਗਿਆ ਇਸ ਅਸਲੀਅਤ ਦਾ ਗਲਾਸ ਚਾ ਗਲਾਸ ਉਤੋਂ ਜਦੋਂ ਸਾਨੂੰ ਪਤਾ ਲੱਗ ਗਿਆ ਉਸ ਅਸਲੀਅਤ ਦਾ ਜਦੋਂ ਤੈਨੂੰ ਫੜ ਲਿਆ ਤਾਂ ਮੈਨੂੰ ਵੀ ਸਮਝਾਉਣਾ ਤੇ ਅਸੀਂ ਉਸੇ ਘਰ ਦਾ ਕਰ ਛੱਡਣਾ ਅੱਜ ਮੈਂ ਆਪਣੇ ਅੱਛਾ ਮੇਰਾ ਪੁੱਤਰ ਨਾ ਹੋਰ ਪਰੇਸ਼ਾਨ ਹੋ ਇਹ ਹੁਣ ਤੁਹਾਡੀ ਭੈਣ ਦੀ ਨਹੀਂ ਇਹ ਮੇਰੀ ਦੀ ਹੈ ਇਹ ਸਾਡੇ ਘਰ ਚ ਦੀ ਭੈਣ ਬਣ ਕੇ ਰਾਸੀ ਸਾਲਾ ਇਸੇ ਗੱਲ ਤੇ ਨਾ ਮੈਂ ਸਹੀ ਤੂੰ ਮੈਂ ਵਾਗ ਨਹੀਂ ਮੈਂ ਤਲਾਕ ਲੈ ਕੇ ਵਾਸਤੇ ਨਹੀਂ ਤੂੰ ਆਪਣਾ ਘਰ ਖੁਸ਼ ਹਰ ਪਾਸੇ ਸ਼ਿਕਾਰ ਤੇ ਪੂਰਾ ਹੀ ਗੱਤੇ ਹੋਇਆ ਔਰਤ ਦੀ ਜਦੋਂ ਸ਼ਾਦੀ ਹੁੰਦੀ ਹੈ ਨਾ ਉਹ ਬੜੇ ਬੜੇ ਖਾਬ ਤੇ ਬੜੇ ਅਰਮਾਨ ਲੈ ਕੇ ਆਉਂਦੀ ਹੈ ਤੈਨੂੰ ਤੇ ਇਸ ਗੱਲ ਦਾ ਨਹੀਂ ਪਤਾ ਕਿ ਤੈਨੂੰ ਕਿਉਂ ਲੈ ਜਾਂਦੇ ਜੇ ਤੈਨੂੰ ਬਾਲੇ ਸਚਾਈ ਦਾ ਪਤਾ ਹੈ ਤੇ ਕੋਈ ਕਸੂਰ ਨਹੀਂ ਜਿੰਨਾ ਇਸ ਘਰ ਚ ਮੇਰਾ ਹੱਕ ਹੈ ਇਤਨਾ ਤੇਰਾ ਵੀ ਹੈ ਔਰ ਤੂੰ ਵੀ ਤੱਲੂ ਦੀ ਬੀਵੀ ਮੈਂ ਕੋਸ਼ਿਸ਼ ਕਰੇ ਸਕੇ ਪੈਰ ਮੇਰਾ ਬਹੁਤ ਹਾਲਾਤ ਹੈ ਮੈਨੂੰ ਆਪਣੀ ਸਮਾਨ ਦਾ ਕੋਈ ਨਾ ਪਤਾ ਜੱਟ ਤਾਂ ਇਹ ਪੈਰ ਤੋਂ ਮੋੜ ਫੇਰ ਵਈ ਸੀ ਚਾਚੂ ਕੋਈ ਗੱਲ ਨਹੀਂ ਇਹ ਤਾਂ ਹੈ ਇੰਜ ਜ਼ਬਾਨ ਕਰਨ ਦੀ ਜੱਟ ਪਿੱਛੇ ਕੋਈ ਜੱਟ ਪਿੱਛੇ ਬਾਬਾ ਅੰਮਾ ਬਾਬੇ ਤੇਰਾ ਨਾਮ ਗੁਲਾਮ ਸ਼ਬੀਰ ਰੱਖਿਆ ਮੇਰਾ ਤਾਂ ਤੂੰ ਉਹ ਬਾਬਾ ਰੇ ਨਾ ਮੈਂ ਤੇ ਤੂੰ ਵੱਡਾ ਕੋਈ ਨਹੀਂ ਯਾਰ ਖੈਰ ਤੂੰ ਬਿਨਾ ਸਭ ਤੋਂ ਵੱਡਾ ਗੁਨਾਹਗਾਰ ਅੱਗੇ ਬਹਿਣ ਮੈਂ ਤੇਰਾ ਮੈਂ ਆਪਣੇ ਗੁੱਸੇ ਦੇ ਵਿੱਚ ਇਤਨਾ ਕਹਾ ਗਿਆ ਹਾਂ ਕਿ ਮੈਨੂੰ ਸਮਝ ਕੀਤਾ ਹੈ ਨਾ ਮੇਰਾ ਦੀ ਗੈਰਤ ਬਰਦਾਸ਼ਤ ਨਹੀਂ ਕਰੇਂਦੀ ਤੂੰ ਸਹੀ ਕੀਤਾ
लेकिन एक गलत कीता ने एक किसे दा जड़ा हुंदा ना गुनाह कोई नहीं अपने गले लेंदा अगले नूं भी यही सजा है कि तू गलत कीता ते हुण भोग मैं तू ना आख्या मेरे नाल निकाह करना चाहता है लेकिन सही आ दिन देर आया दुरुस्त आया अज मेरे मर्द नूं एहसास आ गया ना मैं खुश हाँ अपने घर तल्लू भाई असीं माफ़ी मंगने तुहाडे कोल पुत्र मैं माफ़ कर दे ते मेरा बच्चा तू भी मैं माफ़ करी माँ प्यो जो ना धियां तू कभी नहीं मुकरदा चाहे जितना मर्जी अस्सलाम वालेकुम गाइस मैं हूँ आलिया मलिक गला ख़राब है मैं हूँ आलिया मलिक और इस वक्त आप देख रहे हैं आलिया मलिक ओरिजिनल और पेंडू शहजादे की टीम आपके सामने सबसे पहले तो मैं आप लोगों को बताना चाहती हूँ कि कुछ जो बार बार आप कहते थे कि उनको ले आएँ उनको ले आएँ आपकी पुरानी यादें ताज़ा करने के लिए लाई हैं हमको आपके सामने मानूर और हमारी है जी सलमा जी और साथ एक न्यू लड़के लाए हैं जिसका नाम है मुकद्दस। उम्मीद करते हैं इनकी भी एक्टिंग आपको अच्छी लगेगी जिस तरह हम हर दिन एक अच्छी वीडियो बनाते हैं आज भी एक ऐसी वीडियो हमने बनाई है जो आपने देखी है। देखो कहते हैं ना कि बातें बनना बाबर भाई भी है हाँ पीछे पीछे हाँ ये हमारे बाबर भाई आए हुए हैं आपको पता है इनकी भी काफ़ी अच्छी एक्टिंग है मैंने तो डन किया अच्छी एक्टिंग है अब आपको पता कैसी लगी है। हर बार आपको एक नई और अच्छी वीडियो इसीलिए दिखाते हैं कि देखो हर घर का एक ना एक मसला ज़रूर होता है बैठ के बात कर लेना ना कंप्रोमाइज़ कर लेना ये एक बहुत अच्छी बात होती है। एक गलती के साथ साथ पता नहीं कितनी गलतियाँ हो जाती हैं ये कभी आप लोगों ने अंदाज़ा लगाया है। आप लोगों ने अपनी ज़मीन दी अपनी बेटी को उसके बदले में कुछ की इज़्ज़त ख़राब हो गई तो ज़मीन भी ले जाओ ये सारे डंगर भी ले जाओ लेकिन हमारी बेटी को अपने घर ले जाओ इज़्ज़त बना के। कभी सोचा है कि जो बंदे मानते नहीं थे एकदम मतलब अचानक वो मान गए क्यों माने क्योंकि उनको एक घर में काम वाली चाहिए थी। इस तरह मैं ये भी नहीं कहती कि लड़कियाँ अच्छा काम करती हैं गलत बात है माँ बाप के जज्बात के साथ माँ बाप की इज़्ज़त के साथ खिलवाड़ करना ये बहुत बुरी बात है। कोशिश किया करें कि ये ज़िंदगी आपको लोगों को अल्लाह पाक ने दी है और अल्लाह पाक की अमानत है आपके पास। जब मरोगे या इस दुनिया से जाओगे तो क्या अल्लाह को मुंह क्या दिखाओगे कौन से अच्छे काम आपने किए हैं। मैं सिर्फ इतना आखना चाहना कि ठीक है लड़की को गलती होती है एक कोई निकी जी गल नहीं बड़ी वीड्डी गल होती वैसे तो उसको गलती होगी उस पीछे माँ प्यो ये नहीं चाहिए कि उसे यदि शादी मुड़ किसी होर नाल करे जिस नाल गलती हुई उसे नाल उनकी शादी करो ताकि उन्हें बच्चे की भी जिंदगी महफूज रहे उसे दबा लवे ना वो मिलो ना हराम दा सदे ना कोई कुछ ना वो छुए की जिंदगी तबाह होवे दुए घर जाके उस नाल की कार हुई इसकी की जिंदगी रहेगी। मैं छोटी जी माँ प्यो गलत फैसले दिवे तो मैं छोटी जी आम तो मैं स्टोरियाँ सुनने का बड़ा शौक है मैं अपने दादे अबू को बह के स्टोरियाँ सुन दी बबू जी दादा अबू मैंने कोई कहानी सुनाओ उन्हें कहानियों के मैं ये उदा सुनिया अज तो मुड़ असी खुद करते वह तो सानू ख्याल आते कि जोड़ा गलती करता आ ना यह कि यह बनी हुई आ कि मतलब जिस मर्द गैर मर्द किसी औरत का जिसमें एक बार वेख के ना वो उस दे गले पे गुना कि तेरा गुना है ना इसनों पहले बार तो ही वेख्या तो हूँ ता जिंदगी तेरी ही होकर रह जासी कोशिश की करो दूजे बंदे को चूम के नहीं उन्होंने रखना आता या उस इज्जत का नहीं देवनी आँगी जिस गुनाह किया उन्हां दी सज़ा दो घरों छड़ दो उन्हां बुलावन छड़ दो सलाम खत्म कर दो। पहली गल तो मैम जी है कि गुनाह करो ही नहीं सही गल है पहली गल तो करो ही नहीं ये तो गलत चीज़ है ना। बड़ी मेहरबानी जी शुक्रिया अल्लाह पाक तो अपने हिफ्ज़ो अमान च रखे बहुत अच्छे सानू लाइक कर रहे हो कमेंट कर रहे हो अच्छा लगता है सानू भी थोड़े नाल गल करके थोड़े कण अच्छी तो अच्छी वीडियो बना के लाए आने और अगर साड़ी कोई गल तुहानू बुरी लगी होवे या कोई मुँह च ऐसा अल्फाज निकल गया उस वास्ते माफ़ी चाहते हैं और साढ़े एक्टर जी साढ़े नाल मौजूद हैं तल्लू भाई मानूर मलंगी मान जी ऑफिशियल मुकद्दस जो नवी लड़की आई मैं तो दसी है सलमा बुशरा बाबर भाई मेरे ख्याल उठी गए अली खान और साढ़े कैमरामैन जी साहिल जानी साढ़े चार ही चैनल हैं जिन्हों का नाँ आलिया मलिक ओरिजिनल पेंडू शहजादा मान जी ऑफिशियल और आलिया मलिक टीवी उन्होंने लाइक करन कारण सबसक्राइब करन कारण बहुत शुक्रिया और कहता साल इशारे करता है साडा एक छोटा जिहा बच्चा है जी दानी साहब वो भी आदा मेरा सीन उन जू पुछी वे ना बस साइड तो खलो आदा मेरा मैम मेरा सीन वो अच्छा, भी सीन अजकल उसन तो साढ़े चार ही चैनल हैं जी जिन्हों का नाँ आलिया मलिक ओरिजिनल पेंडू शहजादा मान जी ऑफिशियल और आलिया मलिक टीवी उन्होंने लाइक करन कारण सबसक्राइब करन कारण बहुत शुक्रिया। पाकिस्तान पाक फौज।